ਇੱਕ ਵੇਲਾ ਤਾਂ ਉਹ ਸੀ ਜਦੋਂ ਕੌਮ ਨਾਲ ਸੰਬੰਧਿਤ ਮਸਲਿਆਂ ਉੱਤੇ ਮੁੱਦਿਆਂ ਉੱਤੇ ਭਗਵੰਤ ਮਾਨ ਤੇ ਉਹਦੀ ਪਾਰਟੀ ਸਾਰੀ ਜਿਹੜੀ ਸੀ ਬੜੀ ਸਰਗਰਮੀ ਨਾਲ ਇਹ ਦਿਖਾਉਂਦੀ ਸੀ ਕਿ ਅਸੀਂ ਕੌਮ ਦਾ ਬੜਾ ਦਰਦ ਰੱਖਦੇ ਹਾਂ। ਤੇ ਜਿਹੜਾ ਵਾਰ ਵਾਰ ਇਹਨਾਂ ਨੇ ਆਖਿਆ ਕਿ ਅਸੀਂ ਜੀ ਪੰਜਾਬ ਦੇ ਵਿੱਚ ਇੱਕ ਵਾਰੀ ਸੱਤਾ 'ਚ ਆਈਏ ਸੀ, ਅਸੀਂ ਜਿਹੜੀਆਂ ਬੇਅਦਬੀਆਂ ਹੋਈਆਂ ਨੇ ਇਹਨਾਂ ਦਾ ਇਨਸਾਫ਼ ਜਿਹੜਾ ਹੈਗਾ ਅਸੀਂ ਤਾਂ ਲੈ ਕੇ ਦਿਆਂਗੇ। ਪਰ ਬਾਅਦ ਵਿੱਚ ਜਿਵੇਂ ਇਹ ਲੋਕ ਇਸ ਗੱਲ ਤੋਂ ਮੁੱਕਰੇ, ਉਹ ਸਭ ਦੇ ਸਾਹਮਣੇ ਆ, ਭਗਵੰਤ ਮਾਨ ਦੀ ਸਰਕਾਰ ਬਿਲਕੁਲ ਐਂਟੀ ਸਿੱਖ ਤਾਕਤਾਂ ਦੇ ਹੱਥ ਟੋਕਾ ਬਣ ਕੇ ਜਿਵੇਂ ਕੰਮ ਕਰ ਰਹੀ ਹੋਊ, ਉਵੇਂ ਦਾ ਹਿਸਾਬ ਕਿਤਾਬ ਜਿਹਾ ਬਣਿਆ ਹੋਇਆ। ਤੇ ਬਿਲਕੁਲ ਕੋਈ ਫਿਕਰ ਨਹੀਂ ਹੈਗਾ ਕਿ ਅਸੀਂ ਜਿਹੜੀ ਆ ਪੰਜ ਵਿਧਾਨ ਸਭਾ ਚੋਣਾਂ ਨੇ ਪੰਜ ਹਲਕਿਆਂ 'ਚ ਵੀ ਉੱਥੇ ਅਸੀਂ ਲੋਕਾਂ ਤੋਂ ਜੁੱਤੀਆਂ ਖਾਵਾਂਗੇ। ਆਲਸਤਾਨੀ ਜਾਂ ਪੰਥਕ ਧਿਰਾਂ ਨੂੰ ਚੋਣਾਂ ਵਾਲੇ ਮੈਦਾਨ ਨੂੰ ਖਾਲੀ ਨਹੀਂ ਛੱਡਣਾ ਚਾਹੀਦਾ। ਤੇ ਜੇਕਰ ਅਸੀਂ ਇਸ ਗੱਲ ਨਾਲ ਸਹਿਮਤ ਵੀ ਹੋ ਜਾਈਏ ਤਾਂ ਫਿਰ ਇੱਥੇ ਇਹ ਵੀ ਚਰਚਾ ਕਰਨੀ ਬਣਦੀ ਆ ਕਿ ਐਮ ਐਲ ਏ ਐਮ ਪੀ ਬਣ ਕੇ ਸਾਡੀ ਨਜ਼ਰ ਵਿੱਚ ਤਾਂ ਕੋਈ ਪ੍ਰਾਪਤੀ ਹੋ ਨਹੀਂ ਸਕਦੀ। ਜਿਹੜੇ ਪੰਜਾਬ ਦੇ ਇਹ ਪੰਥਕ ਸਫਾ ਵਾਲੇ ਸਰਬਜੀਤ ਸਿੰਘ ਤੇ ਅੰਮ੍ਰਿਤਪਾਲ ਸਿੰਘ ਜਿਹੜੇ ਐਮ ਪੀ ਚੁਣੇ ਗਏ ਨੇ, ਇਹ ਕੀ ਕਰ ਸਕਦੇ? ਇਹਨਾਂ ਕੋਲ ਇੱਕ ਮੌਕਾ ਆ ਜਦੋਂ ਇਹ ਧੜੱਲੇ ਨਾਲ ਆਪਦੀ ਗੱਲ ਕਰ ਸਕਦੇ। ਉਹ ਗੱਲ ਜਦੋਂ ਵੀ ਇਹਨਾਂ ਨੂੰ ਮੌਕਾ ਮਿਲੇ ਉਹਦੇ ਉਹ ਕਰਨੀ ਚਾਹੀਦੀ ਆ। ਉਹ ਤਾਂ ਆਪਣਾ ਹੁਨਰ ਹੁੰਦਾ, ਆਰਟ ਹੁੰਦਾ ਕਿ ਕਿਵੇਂ ਤੁਸੀਂ ਸੈਂਟਰ ਆਫ ਅਟਰੈਕਸ਼ਨ ਬਣਦੇ ਹੋ, ਕਿਵੇਂ ਦਿੱਲੀ ਦੀ ਜਾਂ ਇੰਟਰਨੈਸ਼ਨਲ ਪ੍ਰੈਸ ਦੀ ਤੁਹਾਡੇ ਵੱਲ ਆਉਂਦੀ ਆ ਕਿ ਇਹਨਾਂ ਦੀ ਗੱਲ ਸੁਣੀ ਜਾਵੇ। ਜਿਵੇਂ ਨਾਰਿਆਂ ਨਾਲ ਨਾਗਾਲੈਂਡ ਨਾਲ ਭਾਰਤ ਸਰਕਾਰ ਨੇ ਕੁਛ ਐਗਰੀਮੈਂਟ ਕੀਤੇ ਨੇ ਤੇ ਉਵੇਂ ਦਾ ਸਟੇਟਸ ਜਿਹੜਾ ਹੈਗਾ ਇਹ ਮੰਗ ਸਕਦਾ, ਜਾਣੀ ਕਿ ਖਾਲਿਸਤਾਨ ਆ ਜਿਹੜਾ ਉਹ ਤਾਂ ਕੌਮ ਦਾ ਇੱਕ ਨੁਕਤਾ, ਉਹ ਤਾਂ ਮੁੱਦਾ ਹੈਗਾ ਹੀ ਆ, ਪਰ ਵਿਦਨ ਸਿਸਟਮ ਜਿਹੜੇ ਬੰਦੇ ਪਾਰਲੀਮੈਂਟ ਦੇ ਵਿੱਚ ਮੈਂਬਰ ਬਣ ਕੇ ਗਏ ਹੋਏ ਨੇ ਉਹਨਾਂ ਦਾ ਏਜੰਡਾ ਕੀ ਹੋ ਸਕਦਾ? ਪਾਰਲੀਮਾਨੀ ਸਿਆਸਤ ਦੇ ਵਿੱਚ ਤਾਂ ਵਿਦਨ ਸਿਸਟਮ ਕੋਈ ਗੱਲ ਨਹੀਂ ਉਹ ਕਰ ਸਕਦੇ ਆ। ਹੁਣ ਇੱਥੇ ਆ ਕੇ ਹੀ ਸਾਡੇ ਵਰਗਿਆਂ ਦੀ ਗਰਾਰੀ ਫਸਦੀ ਆ ਜਿਹੜੇ ਸਿਸਟਮ ਤੋਂ ਭਾਗੀ ਆ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਧਮਾਨ ਫਤਿਹ ਅੱਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਜਿਵੇਂ ਕਿ ਇੱਕ ਚਰਚਾ ਸਾਡੀ ਕੌਮ 'ਚ ਚੱਲ ਰਹੀ ਆ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁਕਾਉਣ ਦਾ ਪ੍ਰੋਸੀਜਰ ਕਿਵੇਂ ਹੋਊ, ਇਸ ਕਰਕੇ ਜ਼ਿਆਦਾ ਜ਼ੋਰ ਫੜਿਆ ਹੋਇਆ ਚਰਚਾ ਨੇ, ਕਿਉਂਕਿ ਅੱਜ ਕੁਛ ਮੈਂਬਰਾਂ ਨੂੰ ਸਹੁੰ ਚੁਕਾਈ ਜਾਣੀ ਸੀ ਤੇ ਕੁਛ ਨੂੰ ਕੱਲ੍ਹ ਨੂੰ ਚੁਕਾਈ ਜਾਣੀ ਆ, ਤੇ ਪੰਜਾਬ ਵਾਲੇ ਜਿਹੜੇ 13 ਲੋਕ ਸਭਾ ਮੈਂਬਰ ਆ ਉਹਨਾਂ ਦੀ ਵਾਰੀ ਕੱਲ੍ਹ ਨੂੰ। ਸੋ ਸਾਰਿਆਂ ਨੂੰ ਇਸ ਗੱਲ ਵੱਲ ਧਿਆਨ ਜਾਣਾ ਸੁਭਾਵਿਕ ਆ ਕਿਉਂਕਿ ਬੜੀ ਵੱਡੀ ਜਿਹੜੀ ਗਿਣਤੀ ਦੇ ਵਿੱਚ ਲੋਕਾਂ ਨੇ ਵੋਟਾਂ ਪਾ ਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾਇਆ, ਜੇਲ੍ਹ ਵਿੱਚ ਨਜ਼ਰਬੰਦ ਬੈਠੇ ਨੂੰ ਜਿਤਾਇਆ। ਤੇ ਹੁਣ ਚਾਹੀਦਾ ਤਾਂ ਇਹ ਸੀ, ਖਬਰ ਤਾਂ ਪੰਜਾਬ ਦੇ ਜਾਂ ਪੰਥ ਦੇ ਜਾਂ ਲੋਕਾਂ ਦੀ ਇਹ ਸੀਗੀ ਵੀ ਸ਼ਾਇਦ ਜਿਹੜੀ ਉਹਨਾਂ ਦੀ NSA ਆ ਉਹ ਖਤਮ ਕਰਕੇ ਉਹਨਾਂ ਨੂੰ ਰਿਹਾਈ ਦਿੱਤੀ ਜਾਊਗੀ, ਕੇਸ ਵਾਪਸ ਵਗੈਰਾ ਹੋਣਗੇ, ਪਰ ਉਹੋ ਜਿਹਾ ਕੁਛ ਕਰਨ ਦੀ ਥਾਂ ਇੱਕ ਖਬਰ ਤੁਹਾਨੂੰ ਪਤਾ ਹੀ ਆ ਪਿਛਲੇ ਹਫ਼ਤੇ ਨਵੀਂ ਹੋਈ ਆ ਗਈ ਵੀ ਵੋਟਾਂ ਦੇ ਰਿਜ਼ਲਟ 4 ਤਰੀਕ ਨੂੰ ਆਏ ਆ ਤੇ 3 ਤਰੀਕ ਨੂੰ ਪੰਜਾਬ ਸਰਕਾਰ ਨੇ ਭਗਵੰਤ ਮਾਨ ਵਾਲੀ ਸਰਕਾਰ ਨੇ NSA ਜਿਹੜੀ ਆ ਉਹ 1 ਸਾਲ ਲਈ ਹੋਰ ਵਧਾ ਦਿੱਤੀ। ਇਹਤੇ ਨਾਲ ਇਹ ਵੀ ਗੱਲ ਸਾਰਿਆਂ ਦੇ ਵਿੱਚ ਚਰਚਾ 'ਚ ਆਉਣੀ ਸੁਭਾਵਿਕ ਸੀਗੀ ਕਿ 5 ਵਿਧਾਨ ਸਭਾ ਹਲਕਿਆਂ ਦੇ ਵਿੱਚ ਹੁਣ ਵੋਟਾਂ ਪੈਣੀਆਂ ਨੇ ਤੇ 5 ਵਿਧਾਨ ਸਭਾ ਹਲਕਿਆਂ ਜਿੱਥੇ ਜਿੱਥੇ ਵੋਟਾਂ ਪੈਣੀਆਂ ਨੇ ਉੱਥੇ ਆਮ ਆਦਮੀ ਪਾਰਟੀ ਦੇ ਖਿਲਾਫ਼ ਇਹ ਨੁਕਤਾ ਫੇਰ ਦੁਬਾਰਾ ਬੜੇ ਧੜੱਲੇ ਨਾਲ
ਬਾਕੀ ਸਿਆਸੀ ਦਲ ਵਰਤਣਗੇ ਕਿ ਦੇਖੋ ਜੀ ਜਦੋਂ 1999 ਦੇ ਵਿੱਚ 89 ਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਮਾਨ, ਸਰਦਾਰ ਅਤਿੰਦਰਪਾਲ ਸਿੰਘ ਤੇ ਸ਼ਹੀਦ ਭਾਈ ਬੇਅੰਤ ਸਿੰਘ ਜੋ ਇੰਦਰਾ ਕਾਂਡ ਵਾਲੇ ਆ, ਉਹਨਾਂ ਦੇ ਪਿਤਾ ਜੀ ਤੇ ਉਹਨਾਂ ਦੇ ਧਰਮ ਪਤਨੀ ਬੀਬੀ ਬਿਮਲ ਕੌਰ ਖਾਲਸਾ ਜੀ, ਐਡਵੋਕੇਟ ਰਾਜਦੇਵ ਸਿੰਘ ਖਾਲਸਾ, ਇਸ ਤਰੀਕੇ ਨਾਲ ਹੋਰ ਬਹੁਤ ਸਾਰੇ ਜਿਹੜੇ ਆ ਉਦੋਂ MP ਬਣੇ ਸੀ। ਕਾਂਗਰਸ ਦੀ ਸਰਕਾਰ ਸੀ ਤੇ ਉਦੋਂ ਰਾਜੀਵ ਗਾਂਧੀ ਨੇ ਜਿਹੜੇ ਮੁਕੱਦਮੇ ਉਸ ਮੌਕੇ ਸਰਦਾਰ ਸਿਮਰਜੀਤ ਸਿੰਘ ਮਾਨ ਹੋਣਾਂ ਦੇ ਉੱਤੇ ਦਰਜ ਸੀ, ਖਾਸ ਤੌਰ ਦੇ ਉੱਤੇ ਇੰਦਰਾ ਗਾਂਧੀ ਸਾਜਿਸ਼ ਕੇਸ਼, ਜਿਹਦੇ ਵਿੱਚ ਸਰਦਾਰ ਅਤਿੰਦਰਪਾਲ ਸਿੰਘ, ਪ੍ਰੋਫੈਸਰ ਜਗਮੋਹਨ ਸਿੰਘ ਟੋਨੀ, ਪ੍ਰੋਫੈਸਰ ਦਲੀਪ ਸਿੰਘ, ਇਹ ਕੁਛ ਸੱਜਣ ਸੀਗੇ। ਇਹ ਕੇਸ ਫਿਰ ਉਦੋਂ ਵਾਪਸ ਲੈ ਲਿਆ ਗਿਆ ਜਿਹੜੇ ਜਿਹਦੇ ਕਰਕੇ ਇਹਨਾਂ ਸਿੰਘਾਂ ਦੀਆਂ ਉਦੋਂ ਫਿਰ ਰਿਹਾਈਆਂ ਹੋਈਆਂ ਤੇ ਇਹਨਾਂ ਨੇ ਜਾ ਕੇ ਆਪਦੀ ਜਿਹੜੀ ਅਗਲੀ ਪਾਰਲੀਮੈਂਟ ਦੀ ਜੋ ਪ੍ਰਕਿਰਿਆ ਸੀ ਉਹਦੇ ਵਿੱਚ ਫਿਰ ਹਿੱਸਾ ਪਾਇਆ। ਸੋ ਇੱਕ ਪਾਸੇ ਤਾਂ ਕਾਂਗਰਸ ਦੀ ਰਾਜੀਵ ਗਾਂਧੀ ਵਾਲੀ ਉਹ ਸਰਕਾਰ ਜਿਹਨੇ ਸਰਦਾਰ ਸਿਮਰਜੀਤ ਸਿੰਘ ਮਾਨ, ਸਰਦਾਰ ਅਤਿੰਦਰਪਾਲ ਸਿੰਘ ਵਰਗਿਆਂ ਦੇ ਉੱਤੋਂ ਉਹ ਮੁਕੱਦਮਾ ਜਿਹੜਾ ਕਿ ਇੰਦਰਾ ਗਾਂਧੀ ਸਾਜਿਸ਼ ਕੇਸ ਵਾਲਾ ਸੀ ਉਹ ਵਾਪਸ ਲੈ ਕੇ ਇਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਆਪਦਾ ਜੋ ਅਗਲਾ ਕੋਰਸ ਸੀ ਉਹ ਕਰਨ ਦੀ, ਇਹਨਾਂ ਨੂੰ ਅਗਲੀ ਸਰਗਰਮੀ ਐਕਟੀਵਿਟੀ ਕਰਨ ਦੀ ਖੁੱਲ ਦਿੱਤੀ। ਤੇ ਦੂਜੇ ਪਾਸੇ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਪੰਜਾਬ ਦੇ ਨੇ ਤੇ ਇੱਥੇ ਪਿਛਲੇ ਦੌਰ ਵਿੱਚ ਜਿਹੜੀਆਂ ਪੰਥ ਦੀਆਂ ਗਤੀਵਿਧੀਆਂ ਸੀ, ਚਾਹੇ ਉਹ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਦੇ ਵਿੱਚ ਭਾਈ ਗੁਰਬਖਸ਼ ਸਿੰਘ ਖਾਲਸੇ ਦਾ ਉਹ ਮੋਰਚਾ ਜਿਹਦੇ ਵਿੱਚ ਮੁੱਖ ਮੰਗ ਇਹ ਸੀ ਕਿ ਜਿਹੜੇ ਜੇਲ੍ਹਾਂ ਚ ਨਜ਼ਰਬੰਦ ਸਿੰਘ ਆਪਦੀਆਂ ਕੈਦਾਂ ਕੱਟੀ ਬੈਠੇ ਆ ਉਹਨਾਂ ਦੀਆਂ ਰਿਹਾਈਆਂ ਕੀਤੀਆਂ ਜਾਣ, ਜਾਂ ਹੋਰ ਇਹੋ ਜਿਹੇ ਮੌਕੇ ਜਦੋਂ ਵੀ ਕਿਤੇ ਪੰਥ ਲਈ ਕੌਮ ਲਈ ਕੋਈ ਸੰਘਰਸ਼ ਚੱਲਿਆ ਉਦੋਂ ਭਗਵੰਤ ਸਿੰਘ ਮਾਨ ਸਭ ਤੋਂ ਮੂਹਰੇ ਹੋ ਕੇ, ਕਿਉਂਕਿ ਮੈਨੂੰ ਖੁਦ ਨੂੰ ਯਾਦ ਆ ਉੱਥੇ ਅਸੀਂ ਇਕੱਠਿਆਂ ਨੇ ਬਹਿ ਕੇ ਪ੍ਰਸ਼ਾਦਾ ਪਾਣੀ ਵੀ ਛਕਿਆ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਦੇ ਵਿੱਚ। ਮੈਂ ਅਜੇ ਤੱਕ ਉਹ ਫੋਟੋਆਂ ਜਿਹਾ ਸਾਂਭ ਕੇ ਰੱਖੀਆਂ ਜਦੋਂ ਇਹਦੇ ਮੂੰਹ ਸਰ ਜਿਹਾ ਮੁੰਨਿਆ ਹੁੰਦਾ ਸੀਗਾ। ਤੋ ਅੱਜ ਪੰਜਾਬ ਦਾ ਮੁੱਖ ਮੰਤਰੀ ਬਣ ਜਾਣ ਤੋਂ ਬਾਅਦ ਉਹਨੂੰ ਚਿੱਤ ਚੇਤਾ ਹੀ ਨਹੀਂ ਹੋਣਾ ਕਿ ਕਿਵੇਂ ਮੈਂ ਉੱਥੇ ਤੱਪੜਾਂ ਦੇ ਉੱਤੇ ਰਾਤਾਂ ਨੂੰ ਬਹਿੰਦਾ ਹੁੰਦਾ ਸੀ ਤੇ ਕਿਵੇਂ ਉਸ ਮੋਰਚੇ ਵਿੱਚ ਆਪਦੀ ਥਾਂ ਜਿਹੜੀ ਸੀ ਸਿਆਸੀ ਥਾਂ ਉਹ ਬਣਾਉਣ ਲਈ ਮੈਂ ਕੀ ਕੁਛ ਕਰਦਾ ਰਿਹਾ। ਤੇ ਉਸ ਮੌਕੇ ਭਗਵੰਤ ਮਾਨ ਬਿਲਕੁਲ ਕੌਮ ਦੇ ਜਾਂ ਪੰਥ ਦੇ ਮੁੱਦਿਆਂ ਨਾਲ ਇੱਕ ਸੁਰ ਹੋ ਕੇ ਬਿਲਕੁਲ ਚੰਗੇ ਤਰੀਕੇ ਨਾਲ ਆਪਦਾ ਕਰ ਰਿਹਾ ਸੀ। ਇੱਕ ਵਕਤ ਉਹ ਵੀ ਆਇਆ ਜਦੋਂ ਸਾਰਿਆਂ ਦੇ ਸਾਹਮਣੇ ਬਰਗਾੜੀ ਕਾਂਡ ਵਾਪਰਿਆ, ਜਦੋਂ ਬਹਿਬਲ ਕਲਾਂ ਦੇ ਵਿੱਚ ਗੋਲੀ ਚੱਲੀ ਤੇ ਸਿੰਘ ਸ਼ਹੀਦ ਹੋਏ। ਅੱਜ ਵੀ ਸ਼ਹੀਦ ਦਾ ਪੁੱਤ ਸੁਖਰਾਜ ਸਿੰਘ ਆ ਜਿਹੜਾ, ਉਹਦੀ ਇੱਕ ਇੰਟਰਵਿਊ ਆਈ, ਉਹ ਚੋਂ ਕਹਿ ਰਿਹਾ ਸੀ ਇੱਥੇ ਪੱਲੀਆਂ ਸਭ ਤੋਂ ਪਹਿਲਾਂ ਆ ਕੇ ਚੱਕ ਕੇ ਉਦੋਂ ਸਰਦਾਰ ਭਗਵੰਤ ਸਿੰਘ ਮਾਨ ਨੇ, ਉਦੋਂ ਮੈਂਬਰ ਪਾਰਲੀਮੈਂਟ ਸੀ, ਉਹਨੇ ਵਿਛਾਈਆਂ ਸੀ। ਸੋ ਇੱਕ ਵੇਲਾ ਤਾਂ ਉਹ ਸੀ ਜਦੋਂ ਕੌਮ ਨਾਲ ਸੰਬੰਧਿਤ ਮਸਲਿਆਂ ਉੱਤੇ, ਮੁੱਦਿਆਂ ਉੱਤੇ ਭਗਵੰਤ ਮਾਨ ਤੇ ਉਹਦੀ ਪਾਰਟੀ ਸਾਰੀ ਜਿਹੜੀ ਸੀ ਬੜੀ ਸਰਗਰਮੀ ਨਾਲ ਇਹ ਦਿਖਾਉਂਦੀ ਸੀ ਕਿ ਅਸੀਂ ਕੌਮ ਦਾ ਬੜਾ ਦਰਦ ਰੱਖਦੇ ਹਾਂ। ਤੇ ਜਿਹੜਾ ਵਾਰ ਵਾਰ ਇਹਨਾਂ ਨੇ ਆਖਿਆ ਕਿ ਅਸੀਂ ਜੀ ਪੰਜਾਬ ਦੇ ਵਿੱਚ ਇੱਕ ਵਾਰੀ ਸੱਤਾ ਚ ਆਈਏ ਸੀ, ਅਸੀਂ ਜਿਹੜੀਆਂ ਬੇਅਦਬੀਆਂ ਹੋਈਆਂ ਨੇ ਇਹਨਾਂ ਦਾ ਇਨਸਾਫ਼ ਜਿਹੜਾ ਹੈਗਾ ਅਸੀਂ ਤਾਂ ਲੈ ਕੇ ਦਿਆਂਗੇ। ਪਰ ਬਾਅਦ ਵਿੱਚ ਜਿਵੇਂ ਇਹ ਲੋਕ ਇਸ ਗੱਲ ਤੋਂ ਮੁੱਕਰੇ, ਉਹ ਸਭ ਦੇ ਸਾਹਮਣੇ ਆ, ਤੇ ਅੱਜ ਦੀ ਤਰੀਕ ਵਿੱਚ ਇਹਨਾਂ ਨੂੰ ਚਲੋ ਮੰਨ ਲਿਆ, ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦੇ ਵਿੱਚ ਆਪੋ ਆਪਣੇ ਤਰਕ ਨੇ, ਭਾਵੇਂ ਆਪਾਂ ਉਹਦੇ ਨਾਲ ਸਹਿਮਤ ਨਹੀਂ ਹੈਗੇ। ਹੁਣ ਤਾਂ ਬਹੁਤ ਸਾਰੇ ਸਿਆਸੀ ਭਲਵਾਨ ਵੀ ਭਾਵੇਂ ਉਦੋਂ ਕਹਿੰਦੇ ਸੀਗੇ ਵੀ ਛੇਤੀ ਫੜ ਕੇ ਅੰਦਰ ਕਰੋ,
ਪਰ ਹੁਣ ਉਹ ਵੀ ਕਹਿੰਦੇ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਦੇ ਸਾਥੀਆਂ ਨਾਲ ਵਧੀਕੀ ਹੋਈ ਆ, NSA ਲਾਉਣੀ ਗਲਤ ਸੀ ਤੇ ਮਾੜਾ ਮੋਟਾ ਜਿਹੜਾ ਕੁਛ ਉਹਨਾਂ ਨਾਲ ਕਰਨਾ ਕਰ ਲੈਣਾ ਚਾਹੀਦਾ ਸੀ। ਤੋਂ ਇਹ ਜਿਹੜੀ ਅੱਜ ਦੀ ਸਥਿਤੀ ਆ, ਅੱਜ ਦਾ ਮਾਹੌਲ ਆ, ਇਹਦੇ ਵਿੱਚ ਤਾਂ ਸਾਰੇ ਹੀ ਬੰਦੇ ਉਡੀਕ ਰਹੇ ਸੀ ਕਿ ਪੰਜਾਬ ਸਰਕਾਰ ਇਹਨਾਂ ਨੌਜਵਾਨਾਂ ਦੀ ਰਿਹਾਈ ਕਰੂ, ਪਰ ਰਿਹਾਈ ਬਿਲਕੁਲ ਨਹੀਂ ਹੋਈ, ਉਲਟਾ ਉਹਨਾਂ ਨੂੰ 1 ਸਾਲ ਦਾ ਸ਼ਾਂਦਾ ਹੋਰ ਦੇ ਦਿੱਤਾ ਗਿਆ। ਕਹਿਣ ਤੋਂ ਭਾਵ ਇਹ ਕਿ ਭਗਵੰਤ ਮਾਨ ਦੀ ਸਰਕਾਰ ਬਿਲਕੁਲ ਐਂਟੀ ਸਿੱਖ ਤਾਕਤਾਂ ਦੇ ਹੱਥ ਟੋਕਾ ਬਣ ਕੇ ਜਿਵੇਂ ਕੰਮ ਕਰ ਰਹੀ ਹੋਵੇ, ਉਵੇਂ ਦਾ ਹਿਸਾਬ ਕਿਤਾਬ ਜਿਹਾ ਬਣਿਆ ਹੋਇਆ ਤੇ ਬਿਲਕੁਲ ਕੋਈ ਫਿਕਰ ਨਹੀਂ ਹੈਗਾ ਕਿ ਅਸੀਂ ਜਿਹੜੀ ਆ 5 ਵਿਧਾਨ ਸਭਾ ਚੋਣਾਂ ਨੇ 5 ਹਲਕਿਆਂ ਚ ਵੀ ਉੱਥੇ ਅਸੀਂ ਲੋਕਾਂ ਤੋਂ ਜੁੱਤੀਆਂ ਖਾਵਾਂਗੇ। ਕਿਉਂਕਿ ਜਿਸ ਤਰੀਕੇ ਨਾਲ ਇੱਥੇ ਪੰਜਾਬ ਦੇ ਵਿੱਚ ਖਡੂਰ ਸਾਹਿਬ ਸੀਟ ਤੇ ਜਾਂ ਸਰਬਜੀਤ ਸਿੰਘ ਵਾਲੀ ਜਿਹੜੀ ਫਰੀਦਕੋਟ ਵਾਲੀ ਸੀਟ ਆ, ਉੱਥੇ ਇਹਨਾਂ ਦਾ ਹਾਲ ਹੋਇਆ ਜਾਂ ਪੰਜਾਬ ਲੈਵਲ ਤੇ ਬੁਰਾ ਹਾਲ ਹੋਇਆ, ਤਾਂ ਉਹ ਸਭ ਦੇ ਸਾਹਮਣੇ। ਖੈਰ ਹੁਣ ਇਹ ਚੀਜ਼ ਕੱਲ੍ਹ ਨੂੰ ਲੋਕਾਂ ਦੇ ਫਿਰ ਧਿਆਨ ਲੱਗਿਆ ਰਹਿਣਾ ਕਿ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਕਿਵੇਂ ਚੁਕਾਈ ਜਾਂਦੀ ਹੈ। ਤਰੀਕੇ ਬੜੇ ਹੁੰਦੇ ਆ ਸਰਕਾਰਾਂ ਕੋਲੇ, ਹੋ ਸਕਦਾ ਵੀਡੀਓ ਰਾਹੀਂ ਉੱਥੇ ਕੋਈ ਬਣਾ ਲੈਣ ਵੀ ਆਪਾਂ ਤੁਹਾਡਾ ਇੱਥੇ ਸਹੁੰ ਚੁਕਾ ਲਾਂਗੇ, ਜਾਂ ਜੇਲ ਦੇ ਅਧਿਕਾਰੀ ਦੇ ਸਾਹਮਣੇ ਵੀ ਕਹਿ ਸਕਦੇ ਆ, ਸੁਪਰਡੈਂਟ ਦੇ ਕਈ ਰਾਹ ਅਗਲੇ ਲੱਭ ਲੈਂਦੇ ਆ। ਪਰ ਗੱਲ ਮੁੱਖ ਤੌਰ ਤੇ ਇਹ ਆ ਕਿ ਸਾਡੀ ਕੌਮ ਜਿਹੜੀ ਆ ਉਹਦੇ ਵਿੱਚ ਕਈ ਚਲੋ ਵਿਚਾਰ ਚੱਲਦੇ ਆ। ਮੈਂ ਵੀ ਚੋਣਾਂ ਦੇ ਬਾਈਕਾਟ ਵਾਲੀ ਗੱਲ ਨਾਲ ਮਾਂ ਕਿ ਮੇਰਾ ਭਾਰਤੀ ਸੰਵਿਧਾਨ ਦੇ ਵਿੱਚ ਕੋਈ ਉਵੇਂ ਦਾ ਹੁਣ ਯਕੀਨ ਰਿਹਾ ਨਹੀਂ। ਬਹੁਤ ਸਾਰੇ ਇਹੋ ਜਿਹੇ ਭੈਣ ਭਰਾ ਹੋਰ ਵੀ ਨੇ, ਪਰ ਬਹੁਤ ਵੱਡਾ ਹਿੱਸਾ ਜਿਹੜਾ ਉਹ ਕਹਿੰਦਾ ਵੀ ਠੀਕ ਆ, ਖਾਲਿਸਤਾਨ ਵੀ ਸਾਡਾ ਇੱਕ ਵਿਸ਼ਾ ਹੈ, ਖਾਲਿਸਤਾਨ ਲਈ ਜਿਵੇਂ ਕੋਈ ਹੋਰ ਤਰੀਕੇ ਨੇ, ਉਵੇਂ ਖਾਲਿਸਤਾਨੀ ਜਾਂ ਪੰਥਕ ਧਿਰਾਂ ਨੂੰ ਚੋਣਾਂ ਵਾਲੇ ਮੈਦਾਨ ਨੂੰ ਖਾਲੀ ਵੀ ਛੱਡਣਾ ਚਾਹੀਦਾ। ਤੇ ਜੇਕਰ ਅਸੀਂ ਇਸ ਗੱਲ ਨਾਲ ਸਹਿਮਤ ਵੀ ਹੋ ਜਾਈਏ ਤਾਂ ਫਿਰ ਇੱਥੇ ਇਹ ਵੀ ਚਰਚਾ ਕਰਨੀ ਬਣਦੀ ਆ ਕਿ MLA MP ਬਣ ਕੇ ਸਾਡੀ ਨਜ਼ਰ ਵਿੱਚ ਤਾਂ ਕੋਈ ਪ੍ਰਾਪਤੀ ਹੋ ਨਹੀਂ ਸਕਦੀ। ਪਰ ਅੱਜ ਮੈਂ ਸਰਦਾਰ ਗੁਰਦਰਸ਼ਨ ਸਿੰਘ ਢਿੱਲੋਂ, ਜਿਹੜੇ ਹਿਸਟਰੀ ਡਿਪਾਰਟਮੈਂਟ ਦੇ ਚੰਡੀਗੜ੍ਹ ਯੂਨੀਵਰਸਿਟੀ ਹੈ, ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਉੱਥੇ ਉਹ ਹਿਸਟਰੀ ਡਿਪਾਰਟਮੈਂਟ ਦੇ ਹੈੱਡ ਸੀਗੇ, ਉਹਨਾਂ ਦੀਆਂ ਕਿਤਾਬਾਂ ਵੀ ਆਈਆਂ ਨੇ। ਇੰਡੀਆ ਕਮਿਟਸ ਸੁਸਾਈਡ ਕਿਤਾਬ ਪੜ੍ਹੀ ਉਹਨਾਂ ਦੀ, ਜ਼ਬਰਦਸਤ ਕਿਤਾਬ ਆ ਪੰਜਾਬ ਦੇ ਸਾਰੇ ਇਸ ਮੌਜੂਦਾ ਦੌਰ ਦੇ ਇਤਿਹਾਸ ਬਾਰੇ। ਗੁਰਦਰਸ਼ਨ ਸਿੰਘ ਢਿੱਲੋਂ ਦੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਘੱਲੂਘਾਰਾ 84 ਬਾਰੇ ਵਾਈਟ ਪੇਪਰ ਲਿਖਿਆ ਸੀ, ਉਹ ਬੜਾ ਬੇਮਿਸਾਲ ਬਾ ਕਮਾਲ ਦਸਤਾਵੇਜ਼ ਆ। ਸੋ ਅੱਜ ਉਹਨਾਂ ਦੀ ਇੱਕ ਇੰਟਰਵਿਊ ਸੁਣਨ ਨੂੰ ਮੌਕਾ ਮਿਲਿਆ, ਜਿਹਦੇ ਵਿੱਚ ਉਹਨਾਂ ਨੇ ਇਸ ਨੁਕਤੇ ਉੱਤੇ ਆਪਦੇ ਵਿਚਾਰ ਦਿੱਤੇ ਕਿ ਜਿਹੜੇ ਪੰਜਾਬ ਦੇ ਇਹ ਪੰਥਕ ਸਫਾਂ ਵਾਲੇ ਸਰਬਜੀਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਜਿਹੜੇ MP ਚੁਣੇ ਗਏ ਨੇ, ਇਹ ਕੀ ਕਰ ਸਕਦੇ। ਤੇ ਉਹਨਾਂ ਨੇ ਆਪਦੇ ਚ ਵਿਚਾਰ ਦਿੱਤੇ ਵੀ ਇਹਨਾਂ ਕੋਲ ਇੱਕ ਮੌਕਾ ਆ ਜਦੋਂ ਇਹ ਧੜੱਲੇ ਨਾਲ ਆਪਦੀ ਗੱਲ ਕਰ ਸਕਦੇ। ਉਹ ਗੱਲ ਜਦੋਂ ਵੀ ਇਹਨਾਂ ਨੂੰ ਮੌਕਾ ਮਿਲੇ ਉਹਦੇ ਉਹ ਕਰਨੀ ਚਾਹੀਦੀ ਆ। ਉਹ ਤਾਂ ਆਪਣਾ ਹੁਨਰ ਹੁੰਦਾ, ਆਰਟ ਹੁੰਦਾ ਕਿ ਕਿਵੇਂ ਤੁਸੀਂ ਸੈਂਟਰ ਆਫ ਅਟਰੈਕਸ਼ਨ ਬਣਦੇ ਹੋ, ਕਿਵੇਂ ਦਿੱਲੀ ਦੀ ਜਾਂ ਇੰਟਰਨੈਸ਼ਨਲ ਪ੍ਰੈਸ ਦੀ ਤੁਹਾਡੇ ਵੱਲ ਆਉਂਦੀ ਆ ਕਿ ਇਹਨਾਂ ਦੀ ਗੱਲ ਸੁਣੀ ਜਾਵੇ। ਉਹਦੇ ਵਿੱਚ ਉਹਨਾਂ ਨੇ ਜਿਹੜਾ ਨੁਕਤਾ ਉਠਾਇਆ ਉਹ ਕਿਹਾ ਕਿ ਜਿਵੇਂ ਨਾਗਿਆਂ ਨਾਲ, ਨਾਗਾਲੈਂਡ ਨਾਲ ਭਾਰਤ ਸਰਕਾਰ ਨੇ ਕੁਛ ਐਗਰੀਮੈਂਟ ਕੀਤੇ ਨੇ ਤੇ ਉਵੇਂ ਦਾ ਸਟੇਟਸ ਜਿਹੜਾ ਹੈਗਾ ਇਹ ਮੰਗ ਸਕਦੇ। ਜਾਣੀ ਕਿ ਖਾਲਿਸਤਾਨ ਆ ਜਿਹੜਾ ਉਹ ਤਾਂ ਕੌਮ ਦਾ ਇੱਕ ਨੁਕਤਾ, ਉਹ ਤਾਂ ਮੁੱਦਾ ਹੈਗਾ ਹੀ ਆ, ਪਰ ਵਿਦਨ ਸਿਸਟਮ ਜਿਹੜੇ ਬੰਦੇ ਪਾਰਲੀਮੈਂਟ ਦੇ ਵਿੱਚ ਮੈਂਬਰ ਬਣ ਕੇ ਗਏ ਹੋਏ ਨੇ, ਉਹਨਾਂ ਦਾ ਏਜੰਡਾ ਕੀ ਹੋ ਸਕਦਾ। ਉਹਨਾਂ ਨੇ ਅੱਜ ਇਸ ਇੰਟਰਵਿਊ ਦੇ ਵਿੱਚ ਖੁੱਲ ਕੇ ਆਪਦੀ ਗੱਲ ਜਿਹੜੀ ਦੱਸੀ ਆ ਤੇ ਇਹ ਵੀ ਕਿਹਾ ਕਿ ਇਹਨਾਂ ਲੋਕਾਂ ਨੂੰ ਜੇ ਸਾਡੇ ਕੋਲ ਆਉਣ ਅਸੀਂ ਇਹਨਾਂ ਨੂੰ ਦੱਸ ਸਕਦੇ ਹਾਂ ਕਿ ਤੁਸੀਂ ਕੀ ਕਰ ਸਕਦੇ।
ਸੋ ਸਰਦਾਰ ਸਿਮਰਜੀਤ ਸਿੰਘ ਮਾਨ ਬਾਰੇ ਵੀ ਜਦੋਂ ਸਵਾਲ ਪੁੱਛਿਆ ਗਿਆ ਉਹਨਾਂ ਨੇ ਉਹਨਾਂ ਬਾਰੇ ਆਖਿਆ ਕਿ ਉਹਨਾਂ ਦਾ ਤਾਂ ਆਪਦਾ ਹਿਸਾਬ ਕਿਤਾਬ ਵਾ, ਪਰ ਉਹਨਾਂ ਨੇ ਸਰਦਾਰ ਅੰਮ੍ਰਿਤਪਾਲ ਸਿੰਘ ਤੇ ਸਰਦਾਰ ਸਰਬਜੀਤ ਸਿੰਘ ਬਾਰੇ ਇਹ ਜ਼ਰੂਰ ਗੱਲ ਆਖੀ ਆ ਕਿ ਇਹਨਾਂ ਦਾ ਏਜੰਡਾ ਕੀ ਹੋਣਾ ਚਾਹੀਦਾ। ਕਿਉਂਕਿ ਹੁਣ ਦੇਖੋ ਪਾਰਲੀਮੈਂਟ ਪਾਰਲੀਮਾਨੀ ਸਿਆਸਤ ਦੇ ਵਿੱਚ ਤਾਂ ਵਿਧਨ ਸਿਸਟਮ ਕੋਈ ਗੱਲ ਨਹੀਂ ਉਹ ਕਰ ਸਕਦੇ ਆ, ਹੁਣ ਇੱਥੇ ਆ ਕੇ ਹੀ ਸਾਡੇ ਵਰਗਿਆਂ ਦੀ ਗਰਾਰੀ ਫਸਦੀ ਆ ਜਿਹੜੇ ਸਿਸਟਮ ਤੋਂ ਭਾਗੀ ਆ। ਅਸੀਂ ਬੜੀ ਵਾਰ ਇਹ ਗੱਲ ਆਖੀ ਸਰਦਾਰ ਖਾਲਿਸਤਾਨੀ ਸੰਘਰਸ਼ ਦੇ ਵਿੱਚ ਬੜੀ ਵੱਡੀ ਸ਼ਖਸੀਅਤ ਹੋਏ ਨੇ ਬਾਬਾ ਗੁਰਦਨ ਸਿੰਘ ਮਾਨੋਚਾਨ, ਉਹ ਵੀ ਚੋਣਾਂ ਲੜਨ ਦੇ ਤੇ ਸਿਸਟਮ ਦੇ ਵਿੱਚ ਰਹਿ ਕੇ ਇੱਕ ਧਿਰ ਖੜੀ ਕਰਨ ਦੇ ਹਾਮੀ ਰਹੇ ਆ। ਭਾਈ ਮਨਜੀਤ ਸਿੰਘ ਜਿਹੜੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਸਪੁੱਤਰ ਹੈ ਔਰ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਵਾਲਿਆਂ ਦੇ ਅਮਰੀਕ ਸਿੰਘ ਜੀ ਦੇ ਉਹ ਛੋਟੇ ਭਰਾ ਹੈ। ਤੋ ਉਹਨਾਂ ਦੇ ਰਾਹੀਂ ਪੰਜਾਬ ਦੇ ਵਿੱਚ 1999-90 ਤੋਂ ਬਾਅਦ ਵਿੱਚ ਕਾਫੀ ਇਹ ਸੋਚ ਚੱਲਦੀ ਰਹੀ ਆ ਕਿ ਉਹਨਾਂ ਨੂੰ ਮੁੱਖ ਮੰਤਰੀ ਬਣਾ ਲਿਆ ਜਾਵੇ ਜਾਂ ਕਿਸੇ ਹੋਰ ਨੂੰ ਮੂਹਰੇ ਲਾ ਕੇ ਵੀ ਆਪਾਂ ਨੂੰ ਇੱਥੇ MLA MP ਆਪਦੀ ਧਿਰ ਦੇ ਬਣਾ ਲੈਣੇ ਚਾਹੀਦੇ ਆ, ਔਰ ਉਦੋਂ ਤੂਤੀ ਬੋਲਦੀ ਸੀ ਸੱਚੀ ਗੱਲ ਆ ਕਿ ਜੋ ਜਿਹਨੂੰ ਮਰਜ਼ੀ ਖੜਾ ਕਰਦੀ ਕੌਮ ਉਹਨੇ ਜਿੱਤ ਜਾਣਾ। ਪਰ ਇੱਕ ਗੱਲ ਉੱਥੇ ਇਹ ਸੀ ਕਿ ਕਰੂਗੀ ਕੀ ਇਹ ਜਿਹੜੀ ਆਪਣੀ ਪੰਜਾਬ ਦੇ ਵਿੱਚ ਜੇ ਇਹ ਧਿਰ ਜਿੱਤ ਜਾਂਦੀ, ਤਾਂ ਕਹਿੰਦੇ ਸੀ ਜੇ ਖਾਲਿਸਤਾਨ ਦਾ ਮਤਾ ਪਾਸ ਕਰ ਦੇਣਗੇ ਤੇ ਸਰਕਾਰ ਟੁੱਟ ਜਾਊਗੀ। ਤੋ ਏਦਾਂ ਦੀਆਂ ਗੱਲਾਂ ਉਦੋਂ ਬਾਬੇ ਮਾਨੋ ਚਾਹਲ ਦੀ ਪ੍ਰੈਸ ਵਾਰਤਾ ਦੇ ਰਾਹੀਂ ਤੇ ਲਿਖਤਾਂ ਦੇ ਰਾਹੀਂ ਸਾਹਮਣੇ ਆਈਆਂ ਸੀ, ਭਾਵੇਂ ਬੇਸ਼ੱਕ ਲਾਸਟ ਮਿੰਟ ਦੇ ਉੱਤੇ ਉਹਨਾਂ ਨੇ ਵੀ ਫਿਰ ਬਾਕੀ ਖਾਲਿਸਤਾਨੀ ਖਾੜਕੂ ਜਥੇਬੰਦੀਆਂ ਨਾਲ ਮਿਲ ਕੇ ਚੋਣਾਂ ਦੇ ਬਾਈਕਾਟ ਦੀ ਹੀ ਹਾਮੀ ਭਰੀ, ਪਰ ਕਾਫੀ ਲੰਮਾ ਅਰਸਾ ਉਹ ਇਹ ਗੱਲ ਕਹਿੰਦੇ ਰਹੇ ਔਰ ਉਹਨਾਂ ਦੇ ਸਮਰਥਕ ਉਹਨਾਂ ਦੇ ਚੋਣ ਬਾਈਕਾਟ ਦੇ ਖਿਲਾਫ ਵਾਲੇ ਬਿਆਨਾਂ ਦੇ ਆਧਾਰ ਦੇ ਉੱਤੇ ਅੱਜ ਤੱਕ ਵੀ ਆਪਦਾ ਪੱਖ ਰੱਖਦੇ ਆ ਕਿ ਬਾਬਾ ਮਾਨੋ ਚਾਹਲ ਕਹਿੰਦੇ ਰਹੇ ਆ ਕਿ ਚੋਣ ਬਾਈਕਾਟ ਆਪਣੇ ਸੰਘਰਸ਼ ਨੂੰ ਦਹਾਕਿਆਂ ਪਿੱਛੇ ਸੁੱਟ ਦਊਗਾ। ਹੁਣ ਜਦੋਂ ਸੰਘਰਸ਼ ਕਾਮਯਾਬ ਅਜੇ ਤੱਕ ਨਹੀਂ ਹੋਇਆ ਤਾਂ ਉਸ ਗੱਲ ਦੇ ਬਹਾਨੇ ਖਾਲਿਸਤਾਨੀ ਖਾੜਕੂ ਜਥੇਬੰਦੀਆਂ ਦੀ ਲੀਡਰਸ਼ਿਪ ਨੂੰ ਦੋਸ਼ੀਆਂ ਵਾਂਗ ਕਟਹਿਰੇ ਚ ਖੜਾ ਕਰਕੇ ਕਈ ਬੰਦੇ ਬਹੁਤ ਜ਼ਿਆਦਾ ਨੀਚ ਦਰਜੇ ਦੇ ਅਪਸ਼ਬਦ ਵੀ ਵਰਤ ਰਹੇ ਨੇ, ਭਾਵੇਂ ਕਿ ਲੜਨ ਵਾਲੇ ਯੋਧਿਆਂ ਨੇ ਆਪਦੇ ਵੱਲੋਂ ਪੂਰੀ ਇਮਾਨਦਾਰੀ ਨਾਲ ਫੈਸਲੇ ਕੀਤੇ। ਉਹਨਾਂ ਫੈਸਲਿਆਂ ਦੇ ਫਾਲ ਆਊਟ ਜਾਂ ਰਿਜ਼ਲਟ ਜਿਹੜੇ ਅਜੇ ਮਨਮਰਜ਼ੀ ਦੇ ਨਹੀਂ ਨਿਕਲੇ, ਤਾਂ ਇਹ ਤਾਂ ਉਵੇਂ ਆ ਜਿਵੇਂ ਕੋਈ ਸਿੱਖ ਸੰਘਰਸ਼ ਦੇ ਵਿੱਚ ਕਿਸੇ ਖਾੜਕੂ ਜਥੇਬੰਦੀ ਦੇ ਐਕਸ਼ਨ ਅਲੀਕੇ ਹੋਣ ਕੇ ਆਪਾਂ ਫਲਾਨਾ ਕੰਮ ਕਰਨਾ ਧਮਕਾ, ਜੇ 10 ਐਕਸ਼ਨਾਂ ਵਿੱਚੋਂ 2 ਐਕਸ਼ਨ ਉਹਨਾਂ ਦੇ ਅਸਫਲ ਰਹਿ ਜਾਣ, ਉਹ ਟਾਰਗੇਟ ਅਚੀਵ ਨਾ ਕਰ ਸਕਣ, ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਸ ਖਾੜਕੂ ਜਥੇਬੰਦੀ ਨੂੰ ਜਾਂ ਉਸ ਖਾੜਕੂ ਧਿਰ ਨੂੰ ਸੰਗਤ ਜਿਹੜੀ ਆ ਉਹ ਫਿਰ ਇਸ ਤਰੀਕੇ ਨਾਲ ਟ੍ਰੀਟ ਕਰੂਗੀ ਕਿ ਤੁਸੀਂ ਤਾਂ ਉਹਨਾਂ ਨੇ ਜਿੱਥੇ 8 ਸਫਲ ਐਕਸ਼ਨ ਕੀਤੇ ਆ ਉਹ ਵੀ ਤਾਂ ਉਸੇ ਧਿਰ ਨੇ ਕੀਤੇ ਆ, 2 ਉਹਨਾਂ ਤੋਂ ਨਹੀਂ ਹੋਏ। ਇਵੇਂ ਹੀ ਕੌਮ ਦੇ ਵਿੱਚ ਫੈਸਲੇ ਜਦੋਂ ਲੈਂਦੀਆਂ ਨੇ ਖਾੜਕੂ ਜਥੇਬੰਦੀਆਂ ਜਾਂ ਲੈਂਦੀਆਂ ਰਹੀਆਂ ਨੇ, ਉਹਨਾਂ ਦੇ ਫੈਸਲੇ ਲੈਣ ਦੀ ਪ੍ਰਕਿਰਿਆ ਪੂਰੀ ਇਮਾਨਦਾਰੀ ਵਾਲੀ ਹੁੰਦੀ ਸੀ, ਉਹਨਾਂ ਦੇ ਮਕਸਦ ਵੀ ਸਹੀ ਹੁੰਦੇ ਸੀ। ਪੰਗਾ ਇਕੱਲਾ ਇਹ ਹੈਗਾ ਕਿ ਜੇਕਰ ਉਹਨਾਂ ਦੇ ਰਿਜ਼ਲਟ ਜਿਹੜੇ ਆ ਕਿਸੇ ਫੈਸਲੇ ਦੇ ਉਹ ਮਨਮਰਜ਼ੀ ਦੇ ਹਿਸਾਬ ਨਾਲ ਨਹੀਂ ਨਿਕਲੇ, ਹੁਣ ਸਿਸਟਮ ਵਿੱਚ ਜਿਹੜਾ ਇੰਡੀਅਨ ਸਟੇਟ ਸਿਸਟਮ ਆ ਉਹ ਵੀ ਤਾਂ ਇੱਕ ਧਿਰ ਸੀ ਨਾ, ਉਹਨੇ ਆਪਦੇ ਤਰੀਕੇ ਨਾਲ ਲੋਕਾਂ ਨੂੰ ਤਾਂ ਖਾਲਿਸਤਾਨੀਆਂ ਨੂੰ ਜਾਂ ਆਮ ਦੁਨੀਆਂ ਨੂੰ ਤਾਂ ਇਹ ਲੱਗਦਾ ਸੀ ਕਿ ਜਦੋਂ ਵੋਟਾਂ ਹੀ ਨਹੀਂ ਪੈਣੀਆਂ ਵੋਟਾਂ ਦਾ ਹੀ ਬਾਈਕਾਟ ਆ, ਪਰ ਅਗਲਿਆਂ ਨੇ ਆਖਿਆ ਵੀ ਚਾਹੇ 5% ਵੋਟਾਂ ਲੈ ਕੇ ਬਿਆਨਤੇ ਬੁੱਚੜ ਦੀ ਸਰਕਾਰ ਬਣੀ ਆ ਅਸੀਂ ਤਾਂ ਚਲਾਵਾਂਗੇ, ਤੇ ਚਲਾ ਕੇ ਉਹਦੇ ਰਾਹੀਂ ਉਹਨਾਂ ਨੇ ਜੋ ਕੁਝ ਕੀਤਾ ਆਪਣਾ ਕਹਾਣ ਉਹ ਸਭ ਦੇ ਸਾਹਮਣੇ। ਸੋ ਅੱਜ ਦੀ ਤਰੀਕ ਵਿੱਚ ਇਹ ਕਹੀ ਜਾਣਾ ਕਿ ਜੀ ਉਦੋਂ ਫਲਾਨਾ ਜਿੱਤ ਸਕਦਾ ਸੀ ਇਹ ਗੱਲ ਇੱਕ ਖਾਮ ਖਿਆਲੀ ਜੀ ਆ, ਉਹਨਾਂ ਨੂੰ ਚਾਹੀਦਾ ਹੀ ਉਹ ਸੀ ਬਿਆਨਤੇ ਬੁੱਚੜ ਵਰਗਾ, ਦੂਜਾ ਉਹਨਾਂ ਨੂੰ ਚਾਹੀਦਾ ਹੀ ਨਹੀਂ ਸੀ। ਜੇ ਦੂਜਾ ਉਹਨਾਂ ਨੂੰ ਪੁੱਗਦਾ ਹੁੰਦਾ ਤਾਂ 1991 ਦੇ ਵਿੱਚ ਮਈ ਮਹੀਨੇ ਦੇ ਵਿੱਚ ਲਾਸਟ ਸਕਿੰਟ ਦੇ ਉੱਤੇ ਵੋਟਾਂ ਕੈਂਸਲ ਨਹੀਂ ਸੀ ਹੋਣੀਆਂ, ਉਦੋਂ ਤਾਂ ਖਾੜਕੂਆਂ ਦੀਆਂ ਗੋਲੀਆਂ ਦੇ ਸਾਹਮਣੇ ਖੜ ਕੇ ਵੀ ਪੰਥਕ ਲੋਕ ਅਕਾਲੀ ਆਗੂ ਚੋਣਾਂ ਲੜਦੇ ਰਹੇ ਆ, ਜੋ ਵੀ ਉਦੋਂ ਚੋਣਾਂ ਲੜਦੇ ਸੀ।
ਤੇ ਉਦੋਂ ਕਾਂਗਰਸ ਦਾ ਬਾਈਕਾਟ ਸੀ, ਉਦੋਂ ਸਿੱਖ ਤੇ ਰਾਏ ਚੋਣ ਲੜੀਆਂ ਸੀ। ਸੋ 1991 ਦੇ ਵਿੱਚ ਲਾਸਟ ਸਕਿੰਟ ਤੇ ਉਹਨਾਂ ਨੇ ਇਸੇ ਕਰਕੇ ਚੋਣਾਂ ਦਾ ਜਿਹੜਾ ਸੀਗਾ ਉਹ ਕਰਤਾ ਵੀ ਬੰਦ, ਵੀ ਨਹੀਂ ਜੀ ਚੋਣਾਂ ਹੋਣੀਆਂ ਨੀ। ਇੱਕ ਦਿਨ ਪਹਿਲਾਂ ਜਾਣੀ ਕਿ ਰਾਤ ਨੂੰ ਪਤਾ ਲੱਗਿਆ ਸੀਗਾ ਸਵੇਰੋ, ਜਦੋਂ ਲੋਕਾਂ ਨੇ ਵੋਟ ਪਾਉਣ ਜਾਣਾ ਸੀ ਵੀ ਵੋਟਾਂ ਰੱਦ ਹੋ ਗਈਆਂ। ਤੇ ਉਹਨਾਂ ਨੂੰ ਤਾਂ ਚਾਹੀਦਾ ਹੀ ਸੀ ਵੀ ਬੇਨਤੀ ਕਰਕੇ ਚਾਹੀਦਾ ਸੀ, ਉਹਨਾਂ ਨੇ ਜਦੋਂ ਲੈ ਲਿਆ ਉਹਨੂੰ। ਚਲੋ ਖੈਰ, ਗੱਲ ਜਿਹੜੀ ਆਪਾਂ ਕਰਦੇ ਹਾਂ ਉਹ ਇਹ ਹੈ ਕਿ ਕਸ਼ਮੀਰ ਦੀ ਪਾਰਲੀਮੈਂਟ ਅਸੈਂਬਲੀ ਦੇ ਵਿੱਚ ਬਹੁਤ ਸੰਮਤੀ ਨਾਲ ਨਹੀਂ ਸਰਬ ਸੰਮਤੀ ਨਾਲ ਸਵੈ ਨਿਰਣੇ ਦੇ ਹੱਕ ਦਾ ਮਤਾ ਪਾਸ ਹੋਇਆ ਸੀ। ਅਗਲਿਆਂ ਨੇ ਚੱਕ ਕੇ ਪਤਾ ਨਹੀਂ ਕਿਹੜੇ ਡਸਟਬਿਨ ਸੁੱਟੇ, ਅੱਜ ਤੱਕਰ ਉਹਦਾ ਕਿਸੇ ਪਤਾ ਸੁੱਟਾ ਹੈ। ਇਵੇਂ ਦਾ ਹੀ ਸਾਡੇ ਖਾਲਿਸਤਾਨ ਵਾਲੇ ਜਿਹੜਾ ਸੀਗਾ ਉਹਦਾ ਮਤੇ ਦਾ ਹੋਣਾ ਸੀ ਜੇ ਮੌਕਾ ਮਿਲਦਾ, ਪਰ ਚਲੋ ਉਧਰ ਨੂੰ ਤਾਂ ਗੱਲ ਗਈ ਨੀ। ਹੁਣ ਹਿਸਟਰੀ ਜਿਹੜੀ ਆ ਅੱਗੇ ਜਾਂਦੀ ਹੁੰਦੀ ਆ, ਪਿੱਛੇ ਨੂੰ ਤਾਂ ਮੁੜਨੀ ਨੀ। ਨਾ ਹੁਣ 1990 ਆ, ਨਾ ਹੁਣ ਖਾੜਕੂ ਲਹਿਰ ਆ, ਨਾ ਉਹ ਬੰਦੇ ਆ ਜਿਹੜੇ ਕਹਿੰਦੇ ਸੀ ਸਾਨੂੰ ਮੁੱਖ ਮੰਤਰੀ ਬਣਾਓ, ਅਸੀਂ ਉੱਥੇ ਜੀ ਖਾਲਿਸਤਾਨ ਦਾ ਮਤਾ ਪਾਸ ਕਰ ਦੇਵਾਂਗੇ। ਹੁਣ ਇੱਕ ਜ਼ਰੂਰ ਗੱਲ ਹੋ ਗਈ ਆ ਕਿ ਤੁਹਾਡੇ ਇਸ ਮਤੇ ਦੇ ਬਿਲਕੁਲ ਮੁਕਾਬਲੇ ਉੱਤੇ ਤੁਸੀਂ ਤਾਂ ਅਜੇ ਮਤਾ ਸਿੱਖਾਂ ਨੇ ਤਾਂ ਪਾਸ ਕਰਨਾ ਸੀ, ਉਹਦਾ ਪਤਾ ਨੀ ਕੀ ਬਣਦਾ। ਜਿਹਨਾਂ ਨੇ ਕੀਤਾ ਉਹਨਾਂ ਕੋਲ ਤਾਂ 1950 ਦੇ ਗੇੜ ਵਿੱਚ, ਜਦੋਂ 1947 ਤੋਂ ਕਸ਼ਮੀਰ ਦੇ ਵਿੱਚ ਪਾਕਿਸਤਾਨ ਦੀ ਇਨਫਿਲਟ੍ਰੇਸ਼ਨ ਹੋਈ, ਇੱਥੋਂ ਭਾਰਤੀ ਫੌਜਾਂ ਗਈਆਂ ਤੇ ਫਿਰ ਭਾਰਤ ਨਾਲ ਕਸ਼ਮੀਰ ਦਾ ਇੱਕ ਐਗਰੀਮੈਂਟ ਹੁੰਦਾ, ਉਹ ਜਿਹੜੇ ਵਾਅਦੇ ਕਸ਼ਮੀਰ ਦੀ ਆਵਾਮ ਨਾਲ ਭਾਰਤੀ ਹਾਕਮਾਂ ਨੇ ਉਦੋਂ ਕੀਤੇ ਸੀ, ਉਹ ਤਾਂ ਉਹਨਾਂ ਤੇ ਨੀ ਪੂਰਾ ਉਤਰੇ। ਆ ਜਿਹੜਾ ਹੁਣ ਉੱਥੇ ਕਸ਼ਮੀਰ 'ਚ 3-4 ਸਾਲ ਤੋਂ ਚੱਲ ਰਿਹਾ, ਉਹ ਸਾਰੇ ਵਾਅਦੇ ਵੂਦੇ 'ਚ ਉਹਨਾਂ ਨੇ ਬਰੋਕਨ ਪ੍ਰਮਿਸਿਸ ਕਿਤਾਬਾਂ ਆ ਚੁੱਕੀਆਂ ਨੇ। ਸੋ ਉਹਨਾਂ ਨੇ ਕਦੇ ਕੋਈ ਵਾਅਦਾ ਵੂਦਾ ਉਹਨਾਂ ਨਾਲ ਨੀ ਪੂਰਾ ਕੀਤਾ ਜਿਹਨਾਂ ਨਾਲ ਲਿਖਤੀ ਹੋਏ ਹੋਏ ਸੀ। ਆਪਣੇ ਵਾਅਦਿਆਂ ਨੂੰ ਉੱਥੇ ਕੌਣ ਪੁੱਛਦਾ ਜੀ? ਤੇ ਇੱਧਰ ਜਿਹੜਾ ਉਹਨਾਂ ਨੇ ਸਵੈ ਨਿਰਣੇ ਦੇ ਹੱਕ ਦਾ ਪਾਇਆ ਸੀ ਉਹ ਵੀ ਕਿਤੇ ਉੱਡ ਡੱਟ ਗਿਆ, ਉਹ ਵੀ ਖਤਮ ਹੋਣ ਤਾਂ ਬਿਲਕੁਲ ਪਤਾ ਹੀ ਹੈ। ਸੋ ਕਸ਼ਮੀਰ ਵੱਲ ਦੇਖ ਕੇ ਆਪਾਂ ਹੋਸ਼ ਕਰੋ ਕਿ ਪੰਜਾਬ ਦਾ ਕੀ ਬਣਦਾ। ਪਰ ਚਲੋ ਹੁਣ ਕਸ਼ਮੀਰ ਵਾਲੀ ਗੱਲ ਵੀ ਆਪਾਂ ਭੁੱਲ ਜਾਓ ਵੀ ਉੱਥੇ ਜੀ ਉਹਨਾਂ ਨਾਲ ਵਾਅਦੇ ਕੀਤੇ ਸੀ, ਭੁੱਲ ਗਏ ਆਪਣਾ ਕੀ ਬਣਦਾ। ਭੁੱਲ ਜਾਓ ਇਸ ਗੱਲ ਨੂੰ ਕਿ ਉੱਥੇ ਸਵੈ ਨਿਰਣੇ ਦਾ ਮਤਾ 2 ਵਾਰ ਪਾਸ ਹੋਇਆ ਤੇ ਕਿਸੇ ਨੇ ਨੀ ਪੁੱਛਿਆ। ਹੁਣ ਆਪਾਂ ਅੱਗੇ ਨੂੰ ਤੁਰਦੇ ਹਾਂ ਆਪਣੇ ਭਾਈਚਾਰੇ ਨੂੰ, ਸਿੱਖ ਜਗਤ ਨੂੰ। ਨਾਗਿਆਂ ਦਾ ਬਹੁਤਾ ਜ਼ਿਆਦਾ ਪਤਾ ਨਹੀਂ ਕਿ ਨਾਗਾਲੈਂਡ ਦਾ ਕੀ ਚੱਲਦਾ ਇੰਡੀਆ 'ਚ। ਨਾਗੇ ਵੀ ਆਪਣੇ ਵਾਂਗੂ ਹੀ ਆਪਦੀ ਜਿਹੜੀ ਹੈਗੀ ਆ ਆਇਡੈਂਟੀ ਕ੍ਰਾਈਸਿਸ ਦਾ ਸ਼ਿਕਾਰ ਨੇ, ਤੇ ਹੋਰ ਵੀ ਬਹੁਤ ਸਾਰੇ ਮਸਲੇ ਨੇ। ਤੇ ਇੰਡੀਅਨ ਸਟੇਟ ਸਿਸਟਮ ਉਹਨਾਂ ਨਾਲ ਵੀ ਡੀਲ ਕਰਦਾ ਤੇ ਡੀਲ ਦੇ ਵਿੱਚੋਂ ਬੜਾ ਕੁਛ ਉਹਨਾਂ ਨੂੰ ਮਿਲਿਆ। ਉਹ ਜਿਹੜੀ ਡੀਲ ਆ ਉਹਨੂੰ ਪੜ੍ਹ ਕੇ ਸਮਝ ਕੇ ਜਿਹੜੇ ਸਾਡੇ ਓਵਰਗਰਾਊਂਡ ਖਾਲਿਸਤਾਨੀ ਪੰਥਕ ਭਰਾ ਨੇ ਉਹ ਆਪਦਾ ਏਜੰਡਾ ਸੈੱਟ ਕਰ ਸਕਦੇ ਆ। ਔਰ ਚੰਗੀ ਗੱਲ ਆ ਕਿ ਸਰਦਾਰ ਗੁਰਦਰਸ਼ਨ ਸਿੰਘ ਢਿੱਲੋਂ ਵਰਗਾ ਹਿਸਟੋਰੀਅਨ ਤੇ ਸੁਲਝਿਆ ਹੋਇਆ ਇਨਸਾਨ ਤੇ ਕੁਛ ਹੋਰ ਸੱਜਣ ਇਸ ਵੇਲੇ ਸਾਡੇ ਕੋਲੇ ਹੈਗੇ ਆ ਜਿਹੜੇ ਉਹਨਾਂ ਲਈ ਇੱਕ ਜਿਵੇਂ ਕਹਿੰਦੇ ਆ ਰੋਡ ਮੈਪ ਤਿਆਰ ਕਰਕੇ ਦੇਣ ਜੋਗੇ ਆ। ਸੋ ਇਹ ਨਹੀਂ ਹੈਗਾ ਕਿ ਜਿਹੜੇ ਓਵਰਗਰਾਊਂਡ ਖਾਲਿਸਤਾਨੀ MP MLA ਬਣਦੇ ਆ ਉਹਨਾਂ ਕੋਲੇ ਕੁਛ ਕਰਨ ਨੂੰ ਹੀ ਨਹੀਂ ਹੈਗਾ, ਉਹਨਾਂ ਕੋਲ ਵੀ ਹੈਗਾ। ਸੋ ਭਾਵੇਂ ਉਹਨਾਂ ਨੇ ਆਪਣੀ ਉਹਦੇ ਵਿੱਚ ਖੁਦ ਕਿਹਾ ਕਿ ਮੈਨੂੰ ਹੋਰਾਂ ਨਾਲੋਂ ਇਹਨਾਂ ਤੇ ਨਵੇਂ ਚਿਹਰਿਆਂ ਤੇ ਯਕੀਨ ਜ਼ਿਆਦਾ, ਤੇ ਚੰਗੀ ਗੱਲ ਆ ਭਾਈ ਇਹਨਾਂ ਨੂੰ ਮੌਕਾ ਮਿਲਿਆ। ਪਰ ਕੀ ਇਹਨਾਂ ਨੂੰ ਸਹੁੰ ਚੁਕਾਈ ਜਾਂਦੀ? ਇੱਕ ਕਮਾਲ ਦੀ ਬਾਤ ਇਹ ਆ ਕਿ ਉਦੋਂ 1999 ਤੋਂ ਕਾਫੀ ਚਿਰ ਬਾਅਦ ਵਿੱਚ ਰੌਲਾ ਪੈਂਦਾ ਰਿਹਾ ਕਿ ਜੀ ਇਹ ਸਹੁੰ ਨੀ ਚੱਕਦੇ ਪੰਜਾਬ ਵਾਲੇ ਜਿਹੜੇ MP ਆ। ਕਦੇ ਕੋਈ ਬਹਾਨਾ ਬਣਾ ਕੇ ਸਹੁੰ ਚੱਕਣ ਤੋਂ ਹੋ ਗਿਆ, ਕਦੇ ਕੋਈ ਕਾਫੀ ਚਿਰੇ ਰੌਲਾ। ਐਤਕੀ ਕੰਮ ਉਲਟਵਾ ਵੀ ਛੇਤੀ ਚੁਕਾਓ ਜੀ। ਅੱਗੇ ਕੈਂਡੀਡੇਟ ਉਮੀਦਵਾਰ ਮੈਂਬਰ ਪਾਰਲੀਮੈਂਟ ਚੁਣੇ ਹੋਏ ਉਹ ਵੱਖਰੇ ਵੱਖਰੇ ਕਾਰਨਾਂ ਕਰਕੇ ਚਾਹੁੰਦੇ ਸੀ ਕਿ ਅਸੀਂ ਜੇ ਅਸੀਂ ਨਾ ਚੱਕੀਏ ਸਹੁੰ, ਐਤਕੀ ਕੰਮ ਉਲਟਵਾ ਵੀ ਛੇਤੀ ਚੱਕਣੀ ਆ ਸਹੁੰ ਜੀ। ਉਹ ਜਿਹੜਾ ਇੱਥੇ ਮਾਹੌਲ ਬਣਿਆ ਹੋਇਆ ਭਾਈ ਅੰਮ੍ਰਿਤਪਾਲ ਸਿੰਘ ਦੇ ਸਹੁੰ ਚੁੱਕਣ ਬਾਰੇ, ਉਹ
ਅਜੇ ਗੱਲ ਕਿੱਧਰ ਨੂੰ ਜਾਂਦੀ ਆ ਉਹ ਵਾਹਿਗੁਰੂ ਜਾਣੇ, ਆਉਣ ਵਾਲੇ ਦਿਨਾਂ 'ਚ ਕਾਫੀ ਕੁਛ ਇਸ ਮਸਲੇ ਤੇ ਵੀ ਹੋਏਗਾ। ਪਰ ਅੱਜ ਇੱਕ ਹੋਰ ਇੰਟਰਨੈਸ਼ਨਲ ਲੈਵਲ ਦੀ ਜਿਹੜੀ ਖਬਰ ਆ ਕਿ ਅਮਰੀਕਾ ਵੱਲੋਂ ਤਿੱਬਤ ਮਸਲੇ ਦਾ ਹੱਲ ਕਰਨ ਦੀ ਮੰਗ ਕਰਦਾ ਇੱਕ ਬਿੱਲ ਪਾਸ ਕੀਤਾ ਗਿਆ, ਜਿਹਦੇ ਨਾਲ ਅਮਰੀਕਾ ਤੇ ਚੀਨ ਦੇ ਖਿੱਚੋਤਾਣ ਹੋਣ ਦੇ ਆਸਾਰ ਬਣ ਗਏ ਆ, ਤੇ ਉਹਦੇ 'ਚ ਭਾਰਤ ਦੀ, ਇੰਡੀਆ ਦੀ ਜਿਹੜੀ ਆ ਇਸ ਵਿੱਚ ਇੱਕ ਖਾਸ ਪੋਜੀਸ਼ਨ ਬਣਦੀ ਆ, ਕਿਉਂਕਿ ਅਮਰੀਕੀ ਕਾਂਗਰਸ ਨੇ ਰਿਜ਼ੋਲਵ ਤਿੱਬਤ ਐਕਟ ਪਾਸ ਕਰਕੇ ਵਨ ਚਾਈਨਾ ਪਾਲਿਸੀ ਆ ਜਿਹੜੀ ਉਹਨੂੰ ਲਲਕਾਰ ਦਿੱਤਾ, ਤੇ ਹੁਣ ਤਾਈਵਾਨ ਦੀ ਥਾਂ ਤਿੱਬਤ ਦੋਹਾਂ ਮੁਲਕਾਂ ਲਈ ਭੇਡ ਦਾ ਅਖਾੜਾ ਬਣ ਸਕਦਾ, ਜਿਹਦਾ ਸਿੱਧਾ ਪ੍ਰਭਾਵ ਭਾਰਤ ਤੇ ਪੈਣਾ। 1959 ਦੇ ਵਿੱਚ ਭਾਰਤ ਨੇ ਤਿੱਬਤ ਦੇ ਧਾਰਮਿਕ ਆਗੂ ਦਲਾਈ ਲਾਮਾ ਨੂੰ ਭਾਰਤ ਵਿੱਚ ਸ਼ਰਨ ਦਿੱਤੀ ਹੋਈ ਆ, ਤੇ ਤਿੱਬਤ ਦੀ ਬਾਗੀ ਸਰਕਾਰ ਭਾਰਤ ਦੇ ਧਰਮਸ਼ਾਲਾ ਤੋਂ ਚੱਲ ਰਹੀ ਹੈ। ਅਮਰੀਕਾ ਦੇ ਇਸ ਕਦਮ ਨਾਲ ਭਾਰਤ ਨੂੰ ਤਿੱਬਤ ਬਾਰੇ ਆਪਣਾ ਸਟੈਂਡ ਸਪਸ਼ਟ ਕਰਨਾ ਪਵੇਗਾ ਜਿਹੜਾ ਹੁਣ ਤੱਕ ਡਾਵਾਂਡੋਲ ਰਿਹਾ। ਤੋਂ ਇੱਕ ਪਾਸੇ ਤਾਂ ਇੰਡੀਆ ਨੇ ਦਲਾਈ ਲਾਮਾ ਨੂੰ ਸ਼ਰਨ ਦੇ ਕੇ ਉੱਥੋਂ ਜਿਹੜੀ ਤਿੱਬਤ ਦੀ ਬਾਗੀ ਸਰਕਾਰ ਆ ਉਹਨੂੰ ਕਾਫੀ ਜ਼ਿਆਦਾ ਸਪੋਰਟ ਦਿੱਤੀ ਹੋਈ ਆ, ਹੁਣ ਇਧਰੋਂ ਜਿਹੜਾ ਹੈ ਅਮੈਰੀਕਾ ਨੇ ਪੰਗਾ ਲੈ ਲਿਆ, ਇੰਡੀਆ ਚਾਈਨਾ ਨਾਲ ਵੀ ਬਣਾ ਕੇ ਰੱਖਣੀ ਚਾਹੁੰਦਾ। ਕੁੱਲ ਮਿਲਾ ਕੇ ਇਸ ਮਾਹੌਲ ਦੇ ਵਿੱਚ ਕੰਮ ਜਿਹੜਾ ਹੈ ਉਹ ਕਸੂਤਾ ਹੋਏਗਾ, ਔਰ ਇਹ ਜਿਵੇਂ ਯੂਕਰੇਨ ਰਸ਼ੀਆ ਵਾਲਾ ਪੇਚਾ ਉਦਾਂ ਦਾ ਕੋਈ ਪੇਚਾ ਇੱਥੇ ਵੀ ਪੈਣ ਦੇ ਆਸਾਰ ਦਿਖਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ। ਇੱਥੇ ਮਾਹੌਲ ਕਿੱਧਰ ਨੂੰ ਜਾਂਦਾ ਉਹ ਦੇਖਣ, ਆਉਣ ਵਾਲੇ ਸਮੇਂ ਦੇ ਵਿੱਚ ਵਰਲਡ ਲੈਵਲ ਦੇ ਉੱਤੇ ਇੱਦਾਂ ਦੇ ਹੋਰ ਵੀ ਕਈ ਥਾਵਾਂ ਦੇ ਉੱਤੇ ਮਸਲੇ ਉੱਠਣਗੇ, ਜਿਹਦੇ ਵਿੱਚ ਯੂਕਰੇਨ ਵਾਂਗੂ ਇੱਥੇ ਤਿੱਬਤ ਵਾਲੇ ਮਸਲੇ ਵਾਂਗ ਕੁਛ ਹੋਰ ਥਾਵਾਂ ਦੇ ਉੱਤੇ ਵੀ ਜਿਹੜੀ ਗੜਬੜ ਆ ਉਹਦੇ ਹੋਣ ਦੇ ਆਸਾਰ ਨੇ। ਇਹ ਸਾਰੇ ਕਾਸੇ ਦਾ ਸਾਡੀ ਕੌਮ ਲਈ ਜਾਂ ਸਾਡੇ ਖਾਲਿਸਤਾਨ ਦੇ ਇਸ਼ੂ ਲਈ ਬਹੁਤ ਅਰਥ ਰੱਖਦਾ, ਕਿਉਂਕਿ ਜਿਸ ਤਰੀਕੇ ਨਾਲ ਅਮੈਰੀਕਨ ਸਿਸਟਮ ਨੇ ਸਾਡੇ ਹੱਕਾਂ ਦੀ ਗੱਲ ਕਰਦੀ ਸਿੱਖਸ ਫਾਰ ਜਸਟਿਸ ਨੂੰ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਨੂੰ, ਖਾਸ ਤੌਰ ਦੇ ਉੱਤੇ ਜਿਵੇਂ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਜਥੇਦਾਰ ਹਰਦੀਪ ਸਿੰਘ ਨਿੱਜਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ, ਉਪਰੰਤ ਇੰਡੀਆ ਨੂੰ ਵੀ ਚੇਤਾ ਆ ਗਿਆ ਵੀ ਕਨਿਸ਼ਕ ਜਹਾਜ਼ ਕਾਂਡ ਹੋਇਆ ਸੀ। ਸੋ ਕੁੱਲ ਮਿਲਾ ਕੇ ਜਿਹੜਾ ਇੰਡੀਆ ਕਨੇਡਾ ਅਮੈਰੀਕਨ ਸਾਰਾ ਚੱਲ ਰਿਹਾ, ਜਿਹਦੇ ਵਿੱਚ ਆਸਟ੍ਰੇਲੀਆ ਵੱਲੋਂ ਇੱਕ ਨਵੀਂ ਡਾਕੂਮੈਂਟਰੀ ਫੇਰ ਆ ਗਈ ਆ, ਇਹ ਸਾਰਾ ਕੁਛ ਦੱਸ ਰਿਹਾ ਕਿ ਆਉਣ ਵਾਲਾ ਜਿਹੜਾ ਸਮਾਂ ਉਹ ਸਾਡੀ ਕੌਮ ਲਈ ਵੀ ਅਰਥ ਭਰਪੂਰ ਘਟਨਾਵਾਂ ਨਾਲ ਹੋਵੇਗਾ, ਤੇ ਸਾਡੀ ਕੌਮ ਨੂੰ ਜਾਗਦੇ ਰਹਿਣਾ ਚਾਹੀਦਾ। ਜਿਵੇਂ ਕਹਿੰਦੇ ਆ ਨਾ ਵੀ ਜਾਗਦਿਆਂ ਦੀਆਂ ਕੱਟੀਆਂ ਤੇ ਸੁੱਤਿਆਂ ਦੇ ਕੱਟੇ, ਜੇ ਆਪਦੀ ਆਪਾਂ ਹੋਂਦ ਹਸਤੀ ਦੀ ਜਿਹੜੀ ਆਪਣੇ ਹੱਕਾਂ ਦੀ ਲੜਾਈ ਆ ਜੇ ਇਹਨੂੰ ਕਿਸੇ ਤਣ ਪੱਤਣ ਲਾਉਣਾ ਤਾਂ ਸਾਡੇ ਲਈ ਬੜਾ ਜ਼ਰੂਰੀ ਆ ਕਿ ਅਸੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੁਛ ਇਹੋ ਜਿਹੇ ਚਿਹਰੇ ਮੂਹਰੇ ਉਭਾਰੀਏ। ਅਜੇ ਤਾਂ ਸਾਡਾ ਜਿਹੜਾ ਹੈ UNO ਦੇ ਵਿੱਚ ਕੋਈ ਨੁਮਾਇੰਦਾ ਵੀ ਹੈ ਨਹੀਂ। 1981 ਦੇ ਵਿੱਚ ਚੀਫ ਖਾਲਸਾ ਦੀਵਾਨ ਦੇ ਇੱਕ ਸਾਲਾਨਾ ਸਮਾਗਮ ਦੇ ਵਿੱਚ ਮਤਾ ਪਾਸ ਕੀਤਾ ਗਿਆ ਸੀ ਕਿ ਸਿੱਖਾਂ ਨੂੰ ਵੱਖਰੀ ਕੌਮ ਦਾ ਜਿਹੜਾ ਸਟੇਟਸ ਆ ਉਹ ਵੀ ਮਿਲੇ, ਤੇ UNO ਦੇ ਵਿੱਚ ਜਿਹੜੀ ਹੈਗੀ ਆ ਸਾਨੂੰ ਉੱਥੇ ਮੈਂਬਰਸ਼ਿਪ ਦਿੱਤੀ ਜਾਵੇ, ਤੇ ਉਹ ਅਜੇ 40 ਸਾਲ ਲੰਘੇ ਕੁਛ 50 ਸਾਲ ਉਹਦੇ ਵਿੱਚ ਕੋਈ ਗੱਲ ਨਹੀਂ ਬਣੀ। ਸੋ ਸਾਨੂੰ UNO ਦੇ ਵਿੱਚ ਆਪਦਾ ਪ੍ਰਤੀਨਿਧ ਕੌਮ ਦਾ ਜਿਹੜਾ ਹੈਗਾ ਉਹ ਸਾਡਾ ਹੋਣਾ ਚਾਹੀਦਾ, ਜਦੋਂ ਸਾਡੇ ਤੇ ਜ਼ੁਲਮ ਹੁੰਦਾ ਵਧੀਕੀ ਹੁੰਦੀ ਆ ਸਾਡੇ ਕਤਲ ਹੁੰਦੇ ਆ ਉਦੋਂ ਸਾਡੀ ਕੋਈ ਗੱਲ ਰੱਖਣ ਵਾਲਾ ਬੰਦਾ ਹੋਵੇ। ਸਾਡੀ ਲੜਾਈ ਅਜੇ ਬਹੁਤ ਮਗਰ, ਸਾਨੂੰ ਨਾਗਿਆਂ ਤੋਂ ਵੀ ਜਿਹੜੀ ਹੈਗੀ ਆ ਜਿਹੜੀ ਸਾਡੀ ਵਿਦਨ ਇੰਡੀਆ ਕੁਛ ਸਾਡੇ ਪਾਰਲੀਮੈਂਟ ਮੈਂਬਰ ਨੇ ਜਾਂ ਹੋਰ ਆ ਉਹ ਜਿਵੇਂ ਨਾਗੇ ਕਰਦੇ ਆ ਉਵੇਂ ਕਰ ਸਕਦੇ ਹੋਣ ਤਾਂ ਜ਼ਰੂਰ ਕਰਨ,
ਤੇ ਇਹਦੇ ਉੱਤੇ ਰਾਏ ਬਣੇ ਕੌਮ ਦੇ ਵਿੱਚ ਕਿ ਇਹ ਆਹ ਗੱਲ ਕਹਿਣਗੇ। ਇਵੇਂ ਹੀ ਜਿਹੜੇ ਪੰਥਕ ਜਾਂ ਖਾਲਿਸਤਾਨੀ ਸਾਡੀਆਂ ਸਫਾ ਧਿਰਾਂ ਜਥੇਬੰਦੀਆਂ ਨੇ, ਉਹਨਾਂ ਦਾ ਏਜੰਡਾ ਜਿਹੜਾ ਹੈਗਾ ਉਹ ਇੰਟਰਨੈਸ਼ਨਲ ਲੈਵਲ ਤੇ ਹੋਊਗਾ, ਇੰਡੀਆ ਲੈਵਲ ਦੇ ਉੱਤੇ। ਉਪਰ ਸਾਡੀ ਕੌਮ ਨੂੰ ਇਹ ਗੱਲ ਚੇਤੇ ਰੱਖਣ ਦੀ ਲੋੜ ਹੈ ਕਿ ਅੱਜ ਦੇ ਇਸ ਮਾਹੌਲ ਦੇ ਵਿੱਚ ਬੋਚ ਬੋਚ ਕੇ ਕਦਮ ਚੱਕਣ ਵਾਲੀ ਗੱਲ ਆ। ਆਪਾਂ ਸਾਰੇ ਇਸ ਗੱਲ ਤੇ ਸਖ਼ਤ ਆਲੋਚਨਾ ਕਰਦੇ ਰਹਿੰਦੇ ਹਾਂ ਕਿ 1945 ਦੇ ਮੌਕੇ ਸਾਡੀ ਕੌਮ ਦੀ ਲੀਡਰਸ਼ਿਪ ਜਿਹੜੀ ਸੀ ਉਹਨੇ ਆਪਦੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਹੀਂ ਨਿਭਾਈ। ਉਹ ਵਕਤ ਬੀਤ ਗਿਆ, ਉਹ ਤਾਂ ਹਿਸਟਰੀ ਬਣ ਗਿਆ। ਹੁਣ ਅਸੀਂ ਕੀ ਕਰਦੇ ਹਾਂ, ਇਹ ਗੱਲ ਬਹੁਤ ਮਾਇਨੇ ਰੱਖਦੀ ਹੈ। ਖੈਰ, ਅਗਲੇ ਵਿਸ਼ੇ ਵੱਲ ਆਈਏ ਕਿ ਸਿੱਖਾਂ ਦਾ ਅਸਿਮੀਲੇਸ਼ਨ ਕਰ ਲਈ, ਸਿੱਖਾਂ ਨੂੰ ਆਪਣੇ ਫੋਲਡ ਵਿੱਚ ਲੈ ਕੇ ਸਦਾ ਲਈ ਕੇਸਾਧਾਰੀ ਹਿੰਦੂ ਜਾਜਬ ਕਰਨ ਲਈ ਜੋ ਪ੍ਰੋਜੈਕਟ ਚੱਲ ਰਿਹਾ ਉਹਦੇ ਤਹਿਤ ਬੜਾ ਕੁਛ ਇੰਡੀਅਨ ਸਿਸਟਮ ਵੱਲੋਂ ਕੀਤਾ ਜਾਂਦਾ। ਜਿਹੜੀ ਕੰਗਣਾ ਰਣੌਤ ਆ, ਜਿਹੜੀ ਕਿ ਇਸ ਕਰਕੇ ਹੁਣ ਮੈਂਬਰ ਪਾਰਲੀਮੈਂਟ ਆ ਕਿਉਂਕਿ ਉਹਦੇ ਤੇ 7-8 ਪਰਚੇ ਬਣੇ, ਤੇ 7-8 ਪਰਚੇ ਕਾਹਦੇ ਬਣੇ? ਉਹ ਬਣੇ ਵੀ ਉਹਨੇ ਜੀ ਸਿੱਖ ਜਜ਼ਬਾਤਾਂ ਨੂੰ ਜਾਂ ਕਿਸੇ ਹੋਰ ਜਜ਼ਬਾਤਾਂ ਨਾਲ ਛੇੜਖਾਨੀ ਕੀਤੀ। 295 ਦੇ ਕਈ ਪਰਚੇ ਉੱਤੇ ਬਣੇ, ਫਿਰ ਉਹ ਹਿੰਦੂ ਭਾਈਚਾਰੇ ਲਈ ਨਾਇਕਾ ਬਣ ਗਈ, ਫਿਲਮਾਂ ਦੀ ਨਾਇਕਾ ਤਾਂ ਬਣੀ ਪਤਾ ਨਹੀਂ, ਪਰ ਉਹ ਮੈਂਬਰ ਪਾਰਲੀਮੈਂਟ ਬਣ ਕੇ ਅਗਲੀ ਉੱਥੇ ਪਹੁੰਚ ਗਈ। ਸੋ ਉਹਦੀ ਹੀ ਇੱਕ ਵਾਕਫ ਕੁੜੀ ਜਿਹੜੀ ਹੈ ਅਰਪਣਾ ਮਕਵਾਨਾ, ਇੱਦਾਂ ਦਾ ਕੁਛ ਨਾਂ ਹੈ, ਉਹਦਾ ਰੌਲਾ ਪਿਆ ਹੋਇਆ ਯੋਗਾ ਕਰਨ। ਉਹ ਬੀਬੀ ਨੇ ਕੀ ਚੰਦ ਚਾੜਿਆ, ਹੋ ਸਕਦਾ ਉਹਦਾ ਇਹ ਕੋਈ ਪ੍ਰੇਰਨਾ ਲਈ ਹੋਵੇ ਜਾਂ ਸਲਾਹ ਕੀਤੀ ਹੋਵੇ ਆਪਣੇ ਕੰਗਣਾ ਰਣੌਤ ਤੋਂ ਕਿ ਦੇਖ ਕੰਗਣਾ ਨੇ ਕਿਹਾ ਹੋਵੇ ਮੈਂ ਕਿੰਨੇ ਪੰਗੇ ਜੇ ਖੜੇ ਕੀਤੇ, ਚਰਚਾ ਗਾਈ, ਮੋਦੀ ਉਹਨਾਂ ਨੇ ਟਿਕਟ ਦਿੱਤੀ, ਆਪਾਂ ਮੈਂਬਰ ਪਾਰਲੀਮੈਂਟ ਬਣ ਗਏ। ਤੋ ਉਹ ਜਿਹੜੀ ਬੀਬੀ ਆ ਉਹ ਗੁਜਰਾਤ ਵੱਲੋਂ ਆਈ ਤੇ ਇੱਥੇ ਸਪੈਸ਼ਲ ਅੰਮ੍ਰਿਤਸਰ ਆ ਕੇ ਯੋਗਾ ਕਰਨ ਪਹੁੰਚ ਗਈ। ਉਹ ਇੱਥੇ ਉਹਨੇ ਦਰਬਾਰ ਸਾਹਿਬ ਦੇ ਵਿੱਚ ਸੀਰਸ਼ ਆਸਣ, ਜਿਹਦੇ ਵਿੱਚ ਸੈਰ ਥੱਲੇ ਲਾ ਲਈ ਤੇ ਧਰਤੀ ਤੇ ਲੱਤਾਂ ਉਤਾਂਹ ਨੂੰ ਕਰ ਲਈਦੀਆਂ, ਉੱਠੇ ਉਠਾ ਹੋ ਜਾਈਦਾ, ਉਹ ਇੱਕ ਫੋਟੋ ਕਰਾ ਕੇ ਉਹਨੇ ਸੋਸ਼ਲ ਮੀਡੀਆ ਤੇ ਚਾੜਤੀ, ਜਿਹਦਾ ਬੜਾ ਰੌਲਾ ਪੈ ਗਿਆ। ਸਿੱਖ ਜਗਤ ਨੇ ਵਿਰੋਧ ਕੀਤਾ ਕਿਉਂਕਿ ਗੁਰਮਤ ਦੇ ਵਿੱਚ ਯੋਗਾ ਦਾ ਵਿਰੋਧ ਕੀਤਾ ਗਿਆ, ਇਕੱਲੀ ਯੋਗ ਨਾ ਹੋਈ। ਇਹ ਵੀ ਗੱਲ ਆ ਵੀ ਜਿਹੜਾ ਹੈਗਾ ਸਾਡੇ ਇੱਕ ਜਿਹੜਾ ਹਰਭਜਨ ਸਿੰਘ ਜੋਗੀ ਦੇ ਨਾਂ ਹੇਠ ਇੱਕ ਨਵੀਂ ਹੀ ਕਹਾਣੀ ਵੀ ਚੱਲਦੀ ਰਹੀ ਪੰਥ ਚ, ਭਾਵੇਂ ਉਹ ਸਿੱਖੀ ਦੀ ਮੁੱਖ ਧਾਰਾ ਤੋਂ ਬਿਲਕੁਲ ਉਲਟ ਚੀਜ਼ ਸੀ। ਪਰ ਯੋਗ ਨੂੰ ਜੇਕਰ ਕੋਈ ਐਕਸਰਸਾਈਜ਼ ਹੀ ਸਮਝ ਕੇ ਕਰ ਲਵੇ ਤਾਂ ਕੋਈ ਐਡੀ ਗੱਲ ਨਹੀਂ, ਪਰ ਸਾਡੇ ਜੇ ਧਰਮ ਦੇ ਹਿਸਾਬ ਨਾਲ ਦੇਖਿਆ ਜਾਵੇ, ਗੁਰਮਤ ਦੇ ਹਿਸਾਬ ਨਾਲ ਦੇਖਿਆ ਜਾਵੇ, ਫਿਰ ਉਹਦੀ ਵਿਆਖਿਆ ਹੋਰ ਬਣਦੀ ਹੈ। ਹੁਣ ਹੋਇਆ ਇਹ ਕਿ ਜਦੋਂ ਉਸ ਯੋਗਾ ਵਾਲੀ ਬੀਬੀ ਨੇ ਇੱਥੇ ਆ ਕੇ ਫੋਟੋਆਂ ਫੋਟੋਆਂ ਕਰਕੇ ਪਾਈਆਂ, ਉਹਦਾ ਵਿਰੋਧ ਹੋਇਆ ਤੇ ਗਾਂ ਉਹਨੇ ਨਵਾਂ ਹੀ ਸੱਪ ਕੱਢ ਲਿਆ। ਜਿਵੇਂ ਹੁੰਦਾ ਨਾ ਵੀ ਵਿਕਟਮ ਬਣ ਜਾਓ, ਕਹਿੰਦੀ ਜੀ ਮੈਨੂੰ ਤਾਂ ਦੱਸੋ ਵੀ ਇਹ ਤਾਂ ਮੈਂ ਤਾਂ ਕੀਤਾ ਵੀ ਜਿਹੜਾ ਦਲਜੀਤ ਦੁਸਾਂਝ ਆ ਉਹਨੇ ਵੀ ਤਾਂ ਇੰਟਰਵਿਊ ਚ ਕਿਹਾ ਸੀ ਨਾ ਵੀ ਯੋਗਾ ਕਰਨਾ ਬੜਾ ਵਧੀਆ, ਤੇ ਯੋਗਾ ਵਾਲਾ ਦਿਨ ਸੀ ਮੈਂ ਉੱਥੇ ਚਲੀ ਗਈ ਤੇ ਉੱਥੇ ਸਰਦਾਰ ਜੀ ਸੀ ਉਹਨੂੰ ਮੈਂ ਕਿਹਾ ਵੀ ਮੇਰੀ ਫੋਟੋ ਕਰ ਦੇ, ਤੇ ਜੇ ਇਹ ਮਤਲਬ ਉਹਦਾ ਭਾਵ ਇਹ ਆ ਵੀ ਜੇ ਗਲਤੀ ਹੋਈ ਆ ਤਾਂ ਮੇਰੀ ਥੋੜੀ ਆ, ਇਹਦਾ ਉਹ ਜਿਹੜਾ ਦਲਜੀਤ ਦੁਸਾਂਝ ਆ ਉਹਨੇ ਯੋਗਾ ਦੀਆਂ ਸਿਫਤਾਂ ਕੀਤੀਆਂ ਸੀ ਤੇ ਮੈਂ ਥੋੜੀ ਗਲਤ ਆ, ਫਿਰ ਉਹ ਮੈਨੂੰ ਸਰਦਾਰ ਜੀ ਨਾ ਫੋਟੋ ਕਰ ਦੇ। ਹੁਣ ਦੱਸੋ ਪ੍ਰਕਰਮਾ ਚ ਉਹਨੂੰ ਵਿਚਾਰੇ ਨੂੰ ਜਿਹੜਾ ਕੋਈ ਸਾਊ ਸਰਦਾਲੂ ਲੰਘਿਆ ਜਾਂਦਾ ਹੋਣਾ, ਉਹਨੂੰ ਸਮਝ ਘੱਟ ਹੋਣੀ ਆ ਜਾਂ ਉਹਦੇ ਜਿਹਨ ਚ ਉਸ ਮੌਕੇ ਗੱਲ ਨਹੀਂ ਆਈ ਤੇ ਉਹ ਕਹਿੰਦੀ ਫਿਰ ਉਹਨੇ ਮੇਰੀ ਫੋਟੋ ਕਿਉਂ ਕੀਤੀ। ਉਲਟਾ ਫਿਰ ਉਹ ਕਹਿੰਦੀ ਆ ਵੀ ਸਿੱਖ ਜਿਹੜੇ ਮੈਨੂੰ ਅਵਾ ਤਵਾ ਬੋਲਦੇ ਆ ਇਹ ਦੋਸ਼ੀ ਨੇ ਬੜਾ ਮਾੜਾ ਕਰ ਰਹੇ ਜੀ, ਮੇਰਾ ਕਿਉਂ ਵਿਰੋਧ ਕਰ ਰਹੇ ਨੇ, ਮੈਂ ਇੱਡੀ ਕੀ ਗਲਤ ਗੱਲ ਕਰਤੀ। ਉੱਪਰੋਂ ਕਹਿੰਦੀ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਪਤਾ ਹੀ ਨਹੀਂ ਹੈਗਾ, ਉਹਨਾਂ ਨੂੰ ਉਹ ਦੋਸ਼ੀ ਮੰਨੀ ਫਿਰਦੀ, ਉੱਪਰੋਂ ਪੁਲਿਸ ਨੂੰ ਕਹਿੰਦੀ ਆ ਵੀ ਅੱਗੇ ਮੁਕੱਦਮਾ ਦਰਜ ਕਰੀ ਫਿਰਦੇ। ਮਤਲਬ ਕਿ ਬੀਬੀ ਕਹਿੰਦੀ ਵੀ ਸਾਰੀ ਦੁਨੀਆ ਮਾੜੀ ਭੈੜੀ ਆ, ਮੈਂ ਬੜੀ ਸਿਆਣੀ ਆ ਕਿਉਂਕਿ ਮੈਂ ਯੋਗਾ ਕਰਕੇ ਆਈ ਆ, ਮੈਂ ਉੱਥੇ ਜੀ ਫੋਟੋ ਕੀਤੀ ਆ ਉੱਤੇ ਨੂੰ ਡੱਬਾ ਕਰਕੇ।
ਉਹ ਜਿਹੜਾ ਇਹ ਸਾਰਾ ਚੱਕਰ ਆ, ਚਲੋ ਇੱਕ ਔਰਤ ਨੇ, ਇੱਕ ਬੀਬੀ ਨੇ ਇੱਕ ਆਪਦੇ ਮੂਡ ਚ ਜਾਂ ਗਲਤ ਕਰ ਲਿਆ ਤਾਂ ਉਹਦਾ ਇੱਕ ਮਸਲਾ ਆ। ਜੇਕਰ ਉਹ ਆਪਦਾ ਪੱਖ ਸਲੀਕੇ ਨਾਲ ਰੱਖੇ ਕਿ ਜੀ ਦੇਖੋ ਮੈਨੂੰ ਮੇਰੇ ਤੋਂ ਹੋ ਗਈ ਗਲਤੀ, ਮੈਨੂੰ ਸਿੱਖ ਧਰਮ ਦੇ ਜਜ਼ਬਾਤਾਂ ਦਾ ਖਿਆਲ ਰੱਖਣਾ ਚਾਹੀਦਾ ਸੀ, ਜੋ ਹੋ ਗਿਆ ਉਹਦੇ ਲਈ ਜੋ ਮੈਨੂੰ ਤਨਖਾਹ ਲੱਗਦੀ ਹੈ ਜਾਂ ਭੁੱਲ ਬਖਸ਼ਾਉਂਦੇ ਆ ਤਾਂ ਮੈਨੂੰ ਦੱਸੋ ਮੈਂ ਕੀ। ਉਹ ਕੋਈ ਰਾਹ ਸਿਰਾ ਬਣਦਾ ਸੀ। ਹੁਣ ਕਈਆਂ ਬੰਦਿਆਂ ਤੋਂ ਕਿਸੇ ਵੀ ਧਰਮ ਦੇ ਸਥਾਨ ਤੇ ਜਾ ਕੇ ਜੇ ਕੋਈ ਗਲਤੀ ਹੋ ਜਾਵੇ ਤਾਂ ਉਹਨੂੰ ਜੇ ਸੁਧਾਰਨਾ ਜਾਂ ਉਹਨੂੰ ਸੰਭਾਲਣਾ ਤੇ ਉਹ ਚੰਗਾ ਤਰੀਕਾ ਅਪਣਾਇਆ ਜਾਂਦਾ ਨਾ ਕਿ। ਪਰ ਉਹ ਬੀਬੀ ਨੇ ਤਾਂ ਲਾਂਬੂ ਲਾ ਤੇ ਜੀ ਪੂਰੇ, ਉਹ ਰਹਿੰਦੀ ਖੂੰਦੀ ਕਸਰ ਜਿਹੜਾ ਬੀਜੇਪੀ ਦਾ ਆਈਟੀ ਸੈੱਲ ਵਾ ਉਹਨੇ ਫੱਟੇ ਚੱਕ ਤੇ, ਦੇ ਤੇਰੇ ਦੀ ਲੈ ਤੇਰੇ ਦੀ। ਪਿਛਲੇ 2 ਦਿਨ ਤੋਂ ਬੀਜੇਪੀ ਦਾ ਭਾਗਮਾ ਬ੍ਰਿਗੇਡ ਬਿਲਕੁਲ ਉਵੇਂ ਜਿਵੇਂ ਕਿ ਉਹ ਸਿੱਖਾਂ ਨੂੰ ਟਾਰਗੇਟ ਕਰਦਾ। ਮੈਂ ਪਹਿਲਾਂ ਵੀ ਕਈ ਵਾਰੀ ਕਹਿੰਦਾ ਹੁੰਦਾ ਕਿ ਸਿੱਖਾਂ ਦਾ ਅਜੇ ਚੰਗੀ ਤਰ੍ਹਾਂ ਵਾਹ ਨਹੀਂ ਪਿਆ, ਮੁਸਲਮਾਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਨਾਲ ਇਹ ਕੀ ਕੁਛ ਕਰਦੇ। ਉਹ ਜਿਹੜਾ ਭਾਗਮਾ ਬ੍ਰਿਗੇਡ ਆ ਆਈਟੀ ਸੈੱਲ, ਉਹਨਾਂ ਨੇ ਪਿਛਲੇ 2 ਦਿਨ ਤੋਂ ਜੋ ਕੁਝ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਲਿਖਣਾ ਸ਼ੁਰੂ ਕੀਤਾ ਹੋਇਆ, ਉਹ ਸਾਰਾ ਕੁਛ ਆ ਜਿਹੜਾ ਉਹਨਾਂ ਨੂੰ ਵਟਸਐਪ ਯੂਨੀਵਰਸਿਟੀ ਹੈ ਜਿਹੜੀ ਇਹਨਾਂ ਦੀ ਹਿੰਦੂਆਂ ਦੀ, ਜਿਹੜੀ ਮੋਦੀ 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 ਕਰਦੀ ਹੈ, ਉਸ ਪੜ੍ਹਾਇਆ ਹੋਇਆ ਤੂੰ ਤਾਂ। ਉਹ ਬਹੁਤ ਜ਼ਿਆਦਾ ਭੈੜੇ ਮਾੜੇ ਜਿਹੜੇ ਵਿਚਾਰ ਆ ਉਹ ਲਿਖੇ ਜਾ। ਹੁਣ ਇਹਦੇ ਵਿੱਚ ਉਸ ਬੀਬੀ ਦੀ ਪਿੱਠ ਦੇ ਉੱਤੇ ਸਾਰਾ ਹਿੰਦੂ ਕੱਟੜਵਾਦ ਠੋਕ ਕੇ ਖੜ ਗਏ ਤੇ ਉਹ ਉਵੇਂ ਮਸ਼ਹੂਰ ਹੋ ਗਈ ਜਿਵੇਂ ਕੰਗਣਾ ਸੀ। ਹੁਣ ਮੈਨੂੰ ਲੱਗਦਾ ਵੀ 2-4 ਮਹੀਨਿਆਂ ਤੱਕ ਇਵੇਂ ਹੀ ਉਹਨੇ ਮੁਸਲਮਾਨਾਂ ਨਾਲ ਪੰਗਾ ਲੈਣ ਤੇ ਈਸਾਈਆਂ ਨਾਲੋਂ ਸਾਰਿਆਂ ਨਾਲ ਛੇੜਖਾਨੀਆਂ ਕਰਕੇ ਹਿੰਦੂ ਕੱਟੜਵਾਦੀ ਸੁਰਾਂ ਨੂੰ ਆਪਦੇ ਹੱਕ ਚ ਭਗਤਾ ਕੇ ਫਿਰ ਕਦੇ ਨਾ ਕਦੇ ਮੈਂਬਰ ਪਾਰਲੀਮੈਂਟ ਬਣੂਗੀ ਤੇ ਉਦੋਂ ਲੋਕ ਕਹਿਣਗੇ ਤੇ 7-8 ਮੁਕੱਦਮੇ ਚੱਲਦੇ ਆ ਇਹਨੇ ਅੱਡ ਅੱਡ ਧਰਮਾਂ ਨਾਲ ਏਦਾਂ ਏਦਾਂ ਪੰਗੇ ਲਏ ਸੀ। ਇਹ ਅੱਜ ਦੇ ਦੌਰ ਦੇ ਵਿੱਚ ਮੈਂਬਰ ਪਾਰਲੀਮੈਂਟ ਬਣਨ ਦਾ ਇੱਕ ਤਰੀਕਾ ਲੱਭਿਆ ਲੋਕਾਂ ਨੇ। ਇਵੇਂ ਹੀ ਇੱਕ ਬੀਬੀ ਹੋਰ ਆ ਜਿਹੜੀ ਬੰਬ ਧਮਾਕਿਆਂ ਦੇ ਕੇਸਾਂ ਵਿੱਚ ਫਸੀ, ਨਾਲ ਦੇ ਉਹਦੇ ਬੰਦੇ ਅਸੀਮਾ ਆਨੰਦ ਹੋਣੀ ਸਾਰਾ ਦਾ ਕਰਨਲ ਪ੍ਰੋਤ ਦਾ ਪਤਾ, ਤੇ ਉਹਨੇ ਵੀ ਫਿਰ ਮੈਂਬਰ ਪਾਰਲੀਮੈਂਟ ਬਣ ਕੇ ਨਜ਼ਾਰੇ ਲਏ। ਉਹ ਜਦੋਂ ਇਹੋ ਜਿਹੇ ਜਿਹੜੇ ਹਿੰਦੂ ਫਾਸ਼ੀਵਾਦ ਨਾਲ ਸੰਬੰਧਿਤ ਲੋਕ ਨੇ ਉਹ ਬਣਨ ਮੈਂਬਰ ਪਾਰਲੀਮੈਂਟ ਜਾਂ ਉਹਦੇ ਲੈਣ, ਉਦੋਂ ਕੋਈ ਇਤਰਾਜ਼ ਨਹੀਂ। ਪਰ ਜਦੋਂ ਸਰਬਜੀਤ ਸਿੰਘ ਜਾਂ ਅੰਮ੍ਰਿਤਪਾਲ ਸਿੰਘ ਉਹ ਕੋਈ ਚੋਣ ਜਿੱਤ ਜਾਣ ਤਾਂ ਰਵੈਰੋ ਤੋਂ ਲੈ ਕੇ ਹੋਰ ਬੜੇ ਲੱਲੜ ਪੱਲੜ ਨੂੰ ਬਿਰਤਾ ਪਈ ਹੋਈ ਆ ਵੀ ਹਾਏ ਜੀ ਇਹ ਕੀ ਹੋ ਗਿਆ, ਬਹੁਤ ਮਾੜਾ ਹੋ ਗਿਆ ਜੀ, ਇਹਨਾਂ ਨੂੰ ਇਹਨਾਂ ਦੀ ਜਿੱਤ ਪਤਾ ਨੀ ਕੀ ਹੋ ਜੂ। ਸੋ ਕੁੱਲ ਮਿਲਾ ਕੇ ਇਸ ਮਾਹੌਲ ਦੇ ਵਿੱਚ ਜਦੋਂ ਉਸ ਬੀਬੀ ਨੇ ਯੋਗਾ ਕਰਨ ਨੇ ਇਹ ਬਣਾਇਆ ਕਿ ਮੈਂ ਤਾਂ ਜੀ ਪੀੜਤ ਆ ਤੇ ਸਿੱਖ ਬੜੇ ਮਾੜੇ ਆ, ਤਾਂ ਉਦੋਂ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਵੀ ਚੰਗਾ ਇੱਕ ਇਹਦਾ ਪ੍ਰਤੀਕਿਰਿਆ ਕੀਤੀ ਗਈ ਹੈ ਕਿ ਬੀਬੀ ਤੂੰ ਜਿਹੜੇ ਕਹਿੰਦੀ ਆ ਨਾ ਕਿ ਮੈਨੂੰ ਰੇਪ ਕਰਨ ਦੀਆਂ ਤੇ ਕਤਲ ਕਰਨ ਦੀਆਂ ਧਮਕੀਆਂ ਦਿੰਦੇ ਆ, ਤੂੰ ਫਿਕਰ ਨਾ ਕਰ, ਚੁੱਪ ਕਰਕੇ ਮੁਕੱਦਮਾ ਦਰਜ ਕਰਾ ਉਹਨਾਂ, ਕਿਉਂਕਿ ਸਿੱਖ ਇਹੋ ਜਿਹੀ ਗੱਲ ਨਹੀਂ ਕਰਦੇ ਹੁੰਦੇ। ਸਿੱਖ ਕੌਮ ਅਸੀਂ ਧੀਆਂ ਭੈਣਾਂ ਦੀ ਇੱਜ਼ਤ ਬਚਾਉਣ ਵਾਲੇ ਤਾਂ ਹੈਗੇ ਹਾਂ, ਪਰ ਅਸੀਂ ਕਦੇ ਇਹੋ ਜਿਹੀਆਂ ਕਰਤੂਤਾਂ ਨਹੀਂ ਕਰਨ। ਖੈਰ ਉਹਨੇ ਇੱਕ ਪਾਸੇ ਤਾਂ ਮਾੜੀ ਗੱਲ ਕੀਤੀ, ਦੂਜਾ ਉਹਨੇ ਸਿੱਖਾਂ ਨੂੰ ਦੋਸ਼ੀਆਂ ਵਾਲੇ ਕਟਹਿਰੇ 'ਚ ਖੜਾ ਕੀਤਾ, ਤੀਜਾ ਭੈੜੇ ਤੋਂ ਭੈੜੇ ਇਲਜ਼ਾਮ ਲਾ ਕੇ ਇੱਕ ਇਹੋ ਜਿਹਾ ਮਾਹੌਲ ਤਿਆਰ ਕਰ ਦਿੱਤਾ ਜਿਹਦੇ ਵਿੱਚ ਹੁਣ ਸਾਰੀ ਗੱਲ ਹਰੇਕ ਨੂੰ ਲੱਗਦਾ ਕਿ ਬਹੁਤ ਵੱਡੀ ਕੋਈ ਸਾਜਿਸ਼ ਦੇ ਤਹਿਤ ਪਲੈਨ ਦੇ ਤਹਿਤ ਇਹ ਕੰਮ ਕੀਤਾ ਗਿਆ। ਆਪਾਂ ਸੁਣਦੇ ਤਾਂ ਰਹੇ ਹਾਂ ਬਈ ਬਲੀਦਾਨ ਦੇ ਦਿੰਦੇ ਆ, ਬਲੀ ਦਾ ਬੱਕਰਾ ਬਣਾ ਲੈਂਦੇ ਆ ਕਿਸੇ ਨੂੰ। ਇਸ ਵਾਰ ਇਸ ਅਰਚਨਾ ਮਕਵਾਨਾ ਨੌ ਦੀ ਬੀਬੀ ਨੇ ਆਪਦੀ ਥਾਂ ਦੇ ਉੱਤੇ ਲੋਕਾਂ ਦੀ ਬਲੀ ਦੇਣ ਦੀ ਬੜੀ ਕੋਸ਼ਿਸ਼ ਕੀਤੀ ਹੋਈ ਆ ਕਿ ਜੀ ਮੈਂ ਤਾਂ ਬੜੀ ਚੰਗੀ ਹਾਂ, ਉਹ ਤਾਂ ਫਲਾਨੇ ਫਲਾਨੇ ਦੇ ਮਗਰ ਲਾ ਕੇ ਪੰਗਾ ਜਿਹੜਾ ਹੈਗਾ
ਇਹ ਮੈਂ ਲੈ ਬੈਠੀ। ਹੁਣ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਸਭ ਨੇ ਇਸ ਮਸਲੇ ਦੇ ਉੱਤੇ ਜਿਹੜਾ ਸਿੱਖ ਨਜ਼ਰੀਏ ਤੋਂ ਸਟੈਂਡ ਬਣਦਾ ਸੀ ਕਿ ਸਿੱਖ ਧਰਮ ਦੇ ਵਿੱਚ ਯੋਗ ਆਸਣ ਦੀ ਇਹਦੀ ਕੋਈ ਮਹੱਤਤਾ ਨਹੀਂ, ਇਹ ਬਿਲਕੁਲ ਨਜਾਇਜ਼ ਗੱਲ ਵਾ, ਤੇ ਐਵੇਂ ਹੀ ਕਈ ਅੱਜ ਚੈਨਲਾਂ ਵਾਲਿਆਂ ਨੇ ਵੀ ਇਹਦੇ ਉੱਤੇ ਇੱਕ ਸਾਰਥਕ ਕਮੈਂਟਰੀ ਕੀਤੀ ਆ ਕਿ ਦਲਜੀਤ ਦੁਸਾਂਝ ਦਾ ਨਾਂ, ਹਾਲਾਂਕਿ ਆਪਾਂ ਉਹਦੇ ਨਾਲ ਕਈ ਮਸਲਿਆਂ ਦੇ ਉੱਤੇ ਅਸਹਿਮਤ ਹੋ ਸਕਦੇ ਹਾਂ, ਚਮਕੀਲਾ ਫਿਲਮ ਦੇ ਮਸਲੇ ਤੇ ਸਾਡੇ ਦਲਜੀਤ ਦੁਸਾਂਝ ਨਾਲ ਵਿਚਾਰ ਨਹੀਂ ਮਿਲ ਸਕਦੇ। ਇਵੇਂ ਹੀ ਇੱਕ ਉਹਦਾ ਗਾਣਾ ਸੀ ਮੂਹਰੇ ਜੱਟ ਖਾੜ ਤੂੰ ਖੜਾ, ਉਹ ਵੀ ਸਾਨੂੰ ਪਸੰਦ ਆਇਆ ਸੀ। ਹੋਰ ਵੀ ਇੱਕ ਦੋ ਤਿੰਨ ਚਾਰ ਕਈ ਨੁਕਤਿਆਂ ਦੇ ਉੱਤੇ ਹੋ ਸਕਦੀ ਹੈ ਉਹਦੇ ਨਾਲ ਅਸਹਿਮਤ, ਪਰ ਦਲਜੀਤ ਦੁਸਾਂਝ ਉਹੀ ਹੈ ਕਲਾਕਾਰ ਜਿਹਨੇ ਪੰਜਾਬ 1984 ਫਿਲਮ ਦੇ ਰਾਹੀਂ ਸਾਡੇ ਸਿੱਖ ਸੰਘਰਸ਼ ਦਾ ਇੱਕ ਪੱਖ ਪੇਸ਼ ਕੀਤਾ। ਇਵੇਂ ਇੱਕ ਫਿਲਮ ਸੈਂਸਰ ਬੋਰਡ ਕੋਲੇ ਫਸੀ ਪਈ ਆ, ਸਰਦਾਰ ਜਸਵੰਤ ਸਿੰਘ ਖਾਲੜਾ ਵਾਲੀ, ਉਹ ਵੀ ਆਪਣੇ ਸਾਹਮਣੇ, ਉਹਦੇ ਵਿੱਚ ਵੀ ਸਰਦਾਰ ਦਲਜੀਤ ਸਿੰਘ ਦੁਸਾਂਝ ਜਿਹਨੂੰ ਕਲਾਕਾਰ ਦੇ ਨਾਂ ਤੇ ਦਲਜੀਤ ਦੁਸਾਂਝ ਕਿਹਾ ਜਾਂਦਾ। ਤੇ ਇਸ ਕਲਾਕਾਰ ਦੇ ਰੂਪ ਵਿੱਚ ਦੇਖੀਏ ਤਾਂ ਉਹਨੇ ਬਹੁਤ ਕੁਛ ਇਹੋ ਜਿਹਾ ਵੀ ਕਰਨਾ ਜਿਹੜਾ ਸਾਨੂੰ ਚੰਗਾ ਨਹੀਂ ਲੱਗਣਾ, ਬਹੁਤ ਕੁਛ ਇਹੋ ਜਿਹਾ ਵੀ ਲੱਗਣਾ ਜਿਹੜਾ ਸਾਨੂੰ ਬੜਾ ਪਸੰਦ ਆਊਗਾ। ਇਵੇਂ ਕਲਾਕਾਰਾਂ ਦਾ ਹੁੰਦਾ, ਉਹ ਕੋਈ ਧਾਰਮਿਕ ਨੇਤਾ ਜਾਂ ਕੋਈ ਸਿਆਸੀ ਆਗੂ ਤਾਂ ਹੈ ਨਹੀਂ ਵੀ ਉਹਦੀ ਅਸੀਂ ਉਵੇਂ ਗੱਲ ਕਰੀਏ, ਪਰ ਇਸ ਚੱਕਰ ਦੇ ਵਿੱਚ ਉਹਨੂੰ ਬਲੀ ਦਾ ਬੱਕਰਾ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਅੱਜ ਜਦੋਂ ਹੋ ਸਕਦਾ ਉਹਦੇ ਵੀ ਦਿਲ ਤੇ ਇਹ ਹੋਵੇ ਗੱਲ ਕਿ ਮੈਂ ਕਿਉਂ ਉਸ ਮੌਕੇ 8-9 ਮਹੀਨੇ ਪਹਿਲਾਂ ਦੀ ਉਹ ਵੀਡੀਓ ਆ ਜਿਹਦੇ 'ਚ ਉਹ ਐਡਵੋਕੇਸੀ ਕਰਦਾ ਯੋਗਾ ਦੀ, ਤੇ ਮੈਂ ਕਿਉਂ ਉਹ ਗੱਲ ਕੀਤੀ ਜਾਂ ਕੀ ਉਹਦਾ ਚੱਕਰ ਆ ਵਾਹਿਗੁਰੂ ਜਾਣੇ। ਪਰ ਅੱਜ ਸਵੇਰੇ ਦਰਬਾਰ ਸਾਹਿਬ ਦੇ ਵਿੱਚ ਜਦੋਂ ਪਾਲਕੀ ਸਾਹਿਬ ਦੀ ਸੇਵਾ ਹੁੰਦੀ ਹੈ ਉਹਦੇ ਵਿੱਚ ਉਹ ਮੋਢਾ ਲਾਉਣ ਲਈ ਪਹੁੰਚਿਆ ਹੋਇਆ ਸੀ, ਤੇ ਉਹਦੀਆਂ ਫੋਟੋਆਂ ਜਦੋਂ ਅੱਜ ਸੋਸ਼ਲ ਮੀਡੀਆ 'ਤੇ ਆਈਆਂ ਤਾਂ ਲੋਕਾਂ ਨੂੰ ਬੜਾ ਇਸ ਗੱਲੋਂ ਚੰਗਾ ਲੱਗਿਆ ਵੀ ਉਹ ਬੀਬੀ ਤਾਂ ਇਹਨੂੰ ਬਣਾਉਣ ਨੂੰ ਫਿਰਦੀ ਆ, ਖਲਨਾਇਕ ਵਿਲਨ ਵੀ ਸਿੱਖੋ ਇਹਨੂੰ ਗਾਲਾਂ ਕੱਢ ਲਓ। ਇਹ ਵੀ ਲੋਕਾਂ ਨੂੰ ਪਤਾ ਹੈਗਾ ਵੀ ਉਹ ਕੰਗਣਾ ਰਣੌਤ ਨਾਲ ਜਦੋਂ ਪੇਚਾ ਪਿਆ ਵਾ, ਹਾਲਾਂਕਿ ਉਦੋਂ ਰਣਜੀਤ ਬਾਵਾ ਜ਼ਿਆਦਾ ਪਤਾ ਚੱਲਿਆ, ਪਰ ਦਲਜੀਤ ਦੁਸਾਂਝ ਸਮੇਤ ਹੋਰ ਵੀ ਬਹੁਤ ਸਾਰਿਆਂ ਨੇ ਉਸ ਔਰਤ ਨਾਲ, ਉਸ ਬੀਬੀ ਨਾਲ, ਕੰਗਣਾ ਰਣੌਤ ਨਾਲ ਹੱਥ ਸਿੱਧੇ ਕੀਤੇ ਸੀ। ਤੋ ਹੋ ਸਕਦਾ ਉਹਨੇ ਕਿਹਾ ਹੋਵੇ ਤੂੰ ਦਲਜੀਤ ਦੁਸਾਂਝ ਦਾ ਨਾਂ ਲੈ ਦੇ, ਇਹਨੂੰ ਜਿਹੜੀ ਆ ਅਰਪਣਾ ਜੋ ਵੀ ਹੈਗੀ ਆ। ਤੋ ਇਸ ਮਾਹੌਲ ਦੇ ਵਿੱਚ ਕਾਫੀ ਜ਼ਿਆਦਾ ਕੰਮ ਵਧਿਆ ਹੋਇਆ, ਕਈ ਡਾਈਮੈਂਸ਼ਨ ਜਿਹੜੀਆਂ ਨੇ ਉਹ ਬਣ ਗਈਆਂ, ਪਰ ਸਭ ਤੋਂ ਮਾੜੀ ਜਿਹੜੀ ਗੱਲ ਆ ਉਹ ਇਹ ਲੱਗ ਰਹੀ ਹੈ ਕਿ ਇੱਕ ਪਾਸੇ ਤਾਂ ਕੁਛ ਹਿੰਦੂ ਭਰਾ ਨੇ ਜਿਹੜੇ ਕਹਿੰਦੇ ਨੇ ਕਿ ਪਹਿਲਾਂ ਤਾਂ ਸਾਨੂੰ ਲੱਗਦਾ ਸੀ ਬਈ ਇਹ ਬੀਬੀ ਜਿਹੜੀ ਹੈ ਵੀ ਇਹਨੂੰ ਮਾਫ ਕਰ ਦੇਣਾ ਚਾਹੀਦਾ, ਪਰ ਜੋ ਕੁਝ ਅੱਜ ਚੱਲ ਰਿਹਾ ਆਈਟੀ ਸੈੱਲ ਵੱਲੋਂ ਇਹਨੂੰ ਦੇਖ ਕੇ ਇਹੀ ਕਹਿਣਾ ਪੈਂਦਾ ਬਈ ਇਹ ਇਹਨੂੰ ਬਖਸ਼ਣਾ ਨਹੀਂ ਚਾਹੀਦਾ। ਪਰ ਸਾਡੀ ਕੌਮ ਦਾ ਇੱਕ ਹਿੱਸਾ ਜਿਹੜਾ ਉਹਨੇ ਨਵਾਂ ਹੀ ਰਾਗ ਫੜਿਆ ਹੋਇਆ, ਉਹਦਾ ਕੰਮ ਹੀ ਇਹ ਆ ਹਰ ਗੱਲ ਦੇ ਵਿੱਚ ਆਪਣੇ ਆਪ ਨੂੰ ਹੇਟ ਸੈਲਫ ਹੇਟ ਆਪਦੇ ਆਪ ਨੂੰ ਦੋਸ਼ੀ ਗਰਦਾਨੀ ਜਾਣਾ, ਉਹ ਆਪਣੇ ਜੀ ਨੁਕਸਾ ਜੀ, ਉਹ ਜੀ ਐਂ ਕਰਨਾ ਚਾਹੀਦਾ ਜੀ, ਉਹ ਕਰਨਾ ਚਾਹੀਦਾ। ਆਪਾਂ ਜਦੋਂ ਜੀ ਨਮਾਜ਼ ਵਾਲੇ ਇੱਥੇ ਲੈ ਕੇ ਆਉਂਦੇ ਆਪਾਂ ਜੀ, ਉਹ ਦੇਖੋ ਬੀਬੀ ਜਿਹੜੀ ਆ ਹਰਸਿਮਰਤ ਕੌਰ ਉਹਨੇ ਵੀ ਤਾਂ ਯੋਗਾ ਕੀਤਾ ਹੀ ਸੀ ਭਾਈ। ਸਾਰੀਆਂ ਗੱਲਾਂ ਤੱਥ ਦੇ ਰੂਪ 'ਚ ਸੱਚੀਆਂ ਤੁਹਾਡੀਆਂ, ਪਰ ਇਸ ਮੌਕੇ ਗੱਲ ਇਹ ਆ ਕਿ ਹਿੰਦੂ ਹਮਲੇ ਦੇ ਰੂਪ ਦੇ ਵਿੱਚ ਇਸ ਘਟਨਾ ਨੂੰ ਜੇ ਦੇਖੋ ਤਾਂ ਇਹਦੇ ਅਰਥ ਕੁਝ ਹੋਰ ਤੇ ਵੱਡੇ ਬਣਦੇ। ਆਪਣੇ ਆਪ ਨੂੰ ਨਿੰਦੀ ਭੰਡੀ ਜਾਣਾ, ਹਰ ਗੱਲ ਦੇ ਵਿੱਚ ਆਪਣੇ ਆਪ ਨੂੰ ਗਾਲਾਂ ਕੱਢੀ ਜਾਣੀਆਂ, ਕਢਵਾਈ ਜਾਣੀਆਂ, ਇਹ ਕੋਈ ਬੰਦਿਆਂ ਵਾਲੀ ਗੱਲ ਨਹੀਂ ਹੈ। ਦੂਰ ਤੱਕ ਨਜ਼ਰ ਮਾਰ ਕੇ ਦੇਖੋ ਕਿ ਇਤਿਹਾਸ ਵਿੱਚ ਕੱਲ ਕਲਾਂ ਨੂੰ ਅਗਲੇ ਕਹਿਣਗੇ ਕਿ ਲਓ ਜੀ ਇੱਥੇ ਤਾਂ ਪਹਿਲਾਂ ਯੋਗਾ ਵੀ ਹੁੰਦਾ ਰਿਹਾ, ਭਾਵੇਂ ਕੋਈ ਇਹ ਕਹਿਣਗੇ ਉਹ ਤਾਂ ਪਾਕਿਸਤਾਨ ਦੇ ਏਜੰਟ ਸੀ ਜਿਹੜਾ ਬੋਧ ਕਰਦੇ ਸੀ।
ਇੱਥੇ ਤਾਂ ਜੀ ਪਹਿਲਾਂ ਮੂਰਤੀਆਂ ਹੁੰਦੀਆਂ ਸੀ, ਆਪਾਂ ਨੂੰ ਪਤਾ ਹੁੰਦੀਆਂ ਸੀ ਕਿਵੇਂ ਸਿੰਘ ਸਭਾ ਨਹਿਰ ਮੁੱਕੇ ਚੁਕਵਾਈਆਂ ਨੇ। ਦਰਬਾਰ ਸਾਹਿਬ ਦੀ ਪ੍ਰਕਰਮਾ ਚ ਬਿਲਕੁਲ ਹੀ ਐਂਟੀ ਸਿੱਖ ਸਿੱਖੀ ਦੇ ਖਿਲਾਫ ਗੁਰਮਤ ਤੇ ਉਲਟ ਚੀਜ਼ਾਂ ਹੁੰਦੀਆਂ ਰਹੀਆਂ ਨੇ ਸਿੰਘ ਸਭਾ ਲਹਿਰ ਤੋਂ ਪਹਿਲਾਂ, ਤੇ ਉਵੇਂ ਦੀਆਂ ਚੀਜ਼ਾਂ ਹੁਣ ਅਗਲੇ ਫੇਰ ਕਰਨ ਨੂੰ ਕਰਦੇ। ਇੱਥੇ ਤਾਂ ਪਿੱਛੇ ਜੇ ਇੱਕ ਕਹਿੰਦੀ ਸੀ ਤਾਂ ਵਿਸ਼ਨੂੰ ਮੰਦਰ। ਹੁਣ ਮੈਂ ਤਾਂ ਇਹ ਕਹਿੰਦਾ ਵੀ ਜਿਵੇਂ ਇੱਕ ਵਾਰੀ ਨਾ ਕਾਫੀ ਚਿਰ ਇਹ ਦੰਗੇ ਸ਼ਬਦ ਚੱਲਦਾ ਰਿਹਾ ਜਿਹੜਾ ਸਾਡਾ ਜੂਨ 84 ਚ ਜੋ ਨਵੰਬਰ 1983 ਨੂੰ ਕਤਲੇਆਮ ਹੋਈ, ਪਰ ਕਿਸੇ ਵੇਲੇ ਸਮਾਪਤ ਪੈ ਗਈ। ਤਖ਼ਤ ਸਾਹਿਬ ਤੋਂ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਆ ਗਿਆ ਵੀ ਇਹਨੂੰ ਜੈਨੋਸਾਈਡ ਕਹਿਣਾ, ਸਿੱਖਾਂ ਦੀ ਨਸਲਕੁਸ਼ੀ ਹੋਈ। ਚੰਗੀ ਗੱਲ ਹੋਈ ਪਿੱਛੇ ਜੇ ਇੱਕ ਪ੍ਰੋਗਰਾਮ ਦੇ ਵਿੱਚ ਜਿਹੜੇ ਅਮਿਤਾਭ ਬੱਚਨ ਵਰਗੇ ਜਾਂ ਹੋਰ ਕਲਾਕਾਰ ਬੈਠੇ ਉਹ ਕਿਤੇ ਕਹਿ ਬੈਠੇ, ਤੇ ਉਦੋਂ ਦਲਜੀਤ ਦੁਸਾਂਝ ਨੇ ਟੋਕਿਆ ਉਹਨਾਂ ਨੂੰ ਬਈ ਜੀ ਸਾਡਾ ਉਹ ਦੰਗੇ ਨਹੀਂ ਸੀ, ਦੰਗੇ ਤਾਂ ਦੋ ਧਿਰਾਂ ਜਦੋਂ ਲੜਦੀਆਂ ਉਹਨੂੰ ਕਹੀਦਾ ਇਹ ਤਾਂ ਸਾਡਾ ਜੈਨੋਸਾਈਡ ਹੋਇਆ, ਨਸਲਕੁਸ਼ੀ ਹੋਈ। ਤੋ ਜਿਹੜਾ ਦੰਗੇ ਦੰਗੇ ਕਹਿ ਕੇ ਸਾਨੂੰ ਬਰਾਬਰ ਦੇ ਲੜਾਕੇ ਵੀ ਬਰਾਬਰ ਹੀ ਇਹਨਾਂ ਨੇ ਮਾਰੇ ਉਹਨਾਂ ਨੇ ਮਾਰੇ, ਉਹ ਚੀਜ਼ ਦਾ ਨੈਰੇਟਿਵ ਜਿਹੜਾ ਸੀ ਉਹ ਹੁਣ ਟੁੱਟਿਆ। 30-35 ਸਾਲ ਦੰਗੇ ਦੰਗੇ ਕਰਦੇ ਹੋ, ਸਾਡੇ ਕਈ ਪੁਰਾਣੇ ਬੰਦੇ ਅਜੇ ਵੀ ਦੰਗੇ ਕਹਿ ਦਿੰਦੇ। ਇਵੇਂ ਹੀ ਜਿਹੜਾ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹਨਾਂ ਬਾਰੇ ਸਾਨੂੰ ਸੋਚਣਾ ਚਾਹੀਦਾ ਕਿ ਅਸੀਂ ਕੁਛ ਸ਼ਬਦ ਜਿਹੜੇ ਨੇ ਉਹਨਾਂ ਬਾਰੇ ਸਵਾਲ ਕਰੀਏ ਤੇ ਉਹਨਾਂ ਦਾ ਇੱਕ ਨੈਰੇਟਿਵ ਜਿਹੜਾ ਬਣਿਆ ਹੋਇਆ ਉਹ ਤੋੜੀਏ। ਇੱਥੇ ਅੰਮ੍ਰਿਤਸਰ ਵਿੱਚ ਮੈਂ ਜਦੋਂ ਆਇਆ 1997 ਤੋਂ ਅੰਮ੍ਰਿਤਸਰ ਪਿੰਡੋਂ ਆ ਕੇ, ਤੇ ਇੱਥੇ ਕਈ ਵਾਰ ਦਰਬਾਰ ਸਾਹਿਬ ਦੇ ਇਲਾਕੇ ਵਿੱਚ ਜਾਂ ਰੇਲਵੇ ਸਟੇਸ਼ਨ ਦੇ ਕੋਲ ਕੋਈ ਮਿਲ ਪੈਣੇ ਸਾਊਥ ਇੰਡੀਅਨ ਖਾਸ ਤੌਰ ਦੇ ਉੱਤੇ, ਉਹ ਆਪਦੀ ਭਾਵਨਾ 'ਚ ਉਹਨਾਂ ਨੇ ਕਹਿਣਾ ਜੀ ਮੰਦਿਰ ਕਿਧਰ ਹੈ, ਸਰਦਾਰ ਦੇਖ ਕੇ ਵੀ ਸਿੱਖ ਬੰਦਾ ਪੱਗ ਵਾਲਾ ਮੰਦਿਰ ਉਹ ਦਰਬਾਰ ਸਾਹਿਬ ਨੂੰ ਕਹਿੰਦੇ। ਉਹਨਾਂ ਦੇ ਆਪਦੇ ਭਾਵ ਅਰਥ 'ਚ ਤਾਂ ਉਹ ਕਹਿੰਦੇ ਹੁੰਦੇ ਆ ਦਰਬਾਰ ਸਾਹਿਬ ਨੂੰ ਜਾਣਾ, ਪਰ ਉਹ ਕਹਿੰਦੇ ਮੰਦਿਰ ਸ਼ਬਦ ਦਾ, ਕਈ ਵਾਰੀ ਗੋਲਡਨ ਟੈਂਪਲ ਕਹਿ ਦਿੰਦੇ ਆ ਗੋਲਡਨ ਟੈਂਪਲ ਜਾਣਾ। ਹੁਣ ਟੈਂਪਲ ਜਾਂ ਮੰਦਿਰ ਦੇ ਅਰਥ ਹਿੰਦੂ ਧਰਮ ਨਾਲ ਜੁੜਦੇ। ਹੁਣ ਚਰਚ ਹਮੇਸ਼ਾ ਚਰਚ ਹੁੰਦਾ, ਚਾਹੇ ਉਹ ਹਿੰਦੂ ਹਿੰਦੀ ਚ ਕਹਿਣ ਚਾਹੇ ਆਪਾਂ ਸਿੱਖ ਚਰਚ ਕਵਾਂ ਗਿਰਜਾ ਕਵਾਂ, ਤੇ ਉੱਥੇ ਗੁਰਦੁਆਰੇ ਨੂੰ ਗੁਰਦੁਆਰਾ ਕਹਿਣਾ ਚਾਹੀਦਾ, ਦਰਬਾਰ ਸਾਹਿਬ ਨੂੰ ਦਰਬਾਰ ਸਾਹਿਬ ਕਹਿਣਾ ਚਾਹੀਦਾ। ਹੁਣ ਇਹ ਜਿਹੜਾ ਅੱਖਰ ਵਾ ਜਦੋਂ ਕਹਿੰਦੇ ਆ ਮੰਦਿਰ ਤਾਂ ਉਹਨਾਂ ਨੂੰ ਸਵਰਨ ਮੰਦਿਰ ਜਾਂ ਗੋਲਡਨ ਟੈਂਪਲ ਕਹਿ ਕੇ ਇਹਦਾ ਹਿੰਦੂ ਕਰਨ ਕਰਨ ਦੇ ਲਈ ਰਾਹ ਖੁੱਲਦਾ। ਅੱਜ ਨਹੀਂ, ਆਉਣ ਵਾਲੇ ਸਮੇਂ 'ਚ ਇਹ ਚੀਜ਼ ਸਾਨੂੰ ਘੇਰੂਗੀ, ਕਿਉਂਕਿ ਅਗਲੇ ਵਿਸ਼ਨੂੰ ਮੰਦਿਰ ਤਾਂ ਹੁਣੇ ਕਹਿਣ ਲੱਗੇ ਪਏ। ਤੇ ਇਵੇਂ ਹੀ ਹੋਰ ਬੜਾ ਕੁਛ ਆ, ਇੱਥੇ ਪਿੱਛੇ ਜੀ ਇੱਟਾਂ ਦਾ ਰੌਲਾ ਪਿਆ ਸੀ ਵੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਜਿਹੜੀਆਂ ਰਾਮ ਸ਼ਬਦ ਵਾਲੀਆਂ ਇੱਟਾਂ ਲਾਈਆਂ ਜਾ ਰਹੀਆਂ ਨੇ ਤੇ ਉਹ ਵਿਵਾਦ 'ਚ ਪਟਾ ਪੂ ਦਿੱਤੀਆਂ। ਉਹ ਜਿਹੜਾ ਕੁਛ ਬਾਬਰੀ ਮਸਜਿਦ ਨਾਲ ਹੋਇਆ, ਜਿਹੜਾ ਕੁਛ ਹੋਰ ਮਸੀਤਾ ਦੇ ਹੇਠਾਂ ਜੀ ਇਹ ਤਾਂ ਹਿੰਦੂਆਂ ਦੇ ਮੰਦਿਰ ਸੀ, ਇਹ ਸਾਰਾ ਕੁਛ ਇਸ ਮੁਲਕ 'ਚ ਚੱਲ ਰਿਹਾ, ਉਸੇ ਹਿਸਾਬ ਨਾਲ ਅਗਲੇ ਸਬੂਤ ਪੈਦਾ ਕਰ ਰਹੇ ਨੇ ਕਿ ਜੀ ਦੇਖੋ ਇਹ ਤਾਂ ਹਿੰਦੂਆਂ ਦੇ ਅਸਾਰ ਵਾ, ਸਿੱਖ ਹਿੰਦੂਆਂ 'ਚੋਂ ਹੀ ਨਿਕਲੇ ਨੇ। ਤੋ ਇਹ ਸਾਰਾ ਕੁਛ ਜਿਹੜਾ ਹੈ ਇਹਦੇ ਉੱਤੇ ਵੀ ਪਿਛਲੇ 2 ਦਿਨ ਤੋਂ ਬੜੀ ਸੋਹਣੀ ਚਰਚਾ ਸਿੱਖ ਜਗਤ ਵਿੱਚ ਚੱਲ ਰਹੀ ਆ। ਸ਼ੁਕਰ ਆ, ਕਿਉਂਕਿ ਜਦੋਂ ਅਸੀਂ ਕੋਈ ਗੱਲ ਕਹਿੰਦੇ ਹਾਂ ਉਦੋਂ ਤਾਂ ਆਪਣੀ ਕੌਮ ਹਿੰਦੀ ਨਹੀਂ, ਤਾਂ ਬੀਬੀ ਨੇ ਜ਼ਰੂਰ ਆ ਕੇ ਅਰਚਨਾ ਮਕਵਾਨਾ ਨੇ ਸਿੱਖਾਂ ਨੂੰ ਜਗਾਇਆ ਕਿ ਭਾਈ ਤੁਹਾਡੇ ਧਰਮ ਸਥਾਨ ਦੇ ਉੱਤੇ ਕਬਜ਼ਾ ਕਰਨ ਕਰਾਉਣ ਦੇ ਲਈ ਬੜਾ ਕੁਛ ਇਹੋ ਜਿਹਾ ਸੋਚਿਆ ਬਿਉਂਤਿਆ ਜਾ ਰਿਹਾ ਤੇ ਉਹਦੇ ਵੱਲ ਧਿਆਨ ਦਿਓ। ਪਰ ਹਾਲਾਤ ਸਾਡੇ ਇਹ ਨੇ ਕਿ ਪੰਜਾਬ ਦੀ ਸਰਕਾਰ ਨੇ ਇੱਕ ਇਸ਼ਤਿਹਾਰ ਛਾਪਿਆ ਜਿਹੜਾ ਵਿਸ਼ਵ ਸੈਰ ਸਪਾਟਾ ਦਿਵਸ, ਉਹਦੇ 'ਚ ਜਿਹੜੀ ਗਗਨ ਅਨਮੋਲ ਮਾਨ ਨਾਂ ਦੀ ਇਹਨਾਂ ਦੀ ਪਹਿਲੋਂ ਤਾਂ ਕਲਾਕਾਰ ਸੀ, ਗਾਉਣ ਗਾਉਣ ਵਾਲੀ ਸੀ ਬੀਬੀ ਤੇ ਹੁਣ ਉਹ MLA, ਉਹਦਾ ਫੋਟੋ ਲਾਇਆ ਹੋਇਆ ਤੇ ਦਰਬਾਰ ਸਾਹਿਬ ਨੂੰ ਉਹ 'ਚ ਸਿੰਬਲ ਬਣਾਇਆ ਹੈ। ਹੁਣ ਦਰਬਾਰ ਸਾਹਿਬ ਸੈਰ ਸਪਾਟੇ ਦਾ ਸਥਾਨ ਨਹੀਂ ਹੈ, ਦਰਬਾਰ ਸਾਹਿਬ
ਖਾਣ ਪੀਣ ਦਾ ਜਾਂ ਨਜ਼ਾਰੇ ਲੈਣ ਦਾ ਜਾਂ ਜਿਹੜੇ ਸ਼ਬਦ ਇੱਥੇ ਲਿਖੇ ਆ ਪੋਸਟਰ ਦੇ ਉੱਤੇ ਪੰਜਾਬ ਸਰਕਾਰ ਨੇ, ਇਹ ਸਾਰੇ ਗਲਤ ਨੇ। ਦਰਬਾਰ ਸਾਹਿਬ ਸਾਡੀ ਰੂਹਾਨੀਅਤ ਦਾ, ਸਾਡੇ ਸਿੱਖ ਸਿਵਲਾਈਜੇਸ਼ਨ ਦਾ ਕੇਂਦਰ ਹੈ, ਜਿੱਥੇ ਸਭੇ ਥਾਮ ਨਹੀਂ ਟੁੱਟਦੇ। ਉਸ ਪਾਸੇ ਦੇ ਥਾਂ ਬਿਲਕੁਲ ਉਲਟ ਜਿਹੜੀਆਂ ਚੀਜ਼ਾਂ ਨੇ ਉਹ ਇੱਥੇ ਕੀਤੀਆਂ ਕਰਾਈਆਂ ਜਾ ਰਹੀਆਂ ਨੇ, ਔਰ ਇਸ ਗੱਲ ਵੱਲ ਸਾਨੂੰ ਸਾਰਿਆਂ ਨੂੰ ਧਿਆਨ ਦੇਣ ਦੀ ਲੋੜ ਆ। ਕਿ ਉਹ ਕਹਿੰਦੇ ਨੇ ਕਿ ਜੀ ਇਹ ਸਿੱਖ ਜਿਹੜੇ ਨੇ ਇਹ ਐਵੇਂ ਮਰੀ ਜਾਂਦੇ ਨੇ, ਇਹ ਤਾਂ ਜੀ ਦਰਬਾਰ ਸਾਹਿਬ ਆ ਵਿੱਚ ਹੀ ਉਹਨਾਂ ਦੇ ਇਹੋ ਜਿਹੇ ਪੋਸਟਰ ਵੀ ਫਿਰਦੇ ਆ ਕਿ ਅਰਜਨਾ ਮਕਵਾਨਾ ਨੇ ਜਿਹੜਾ ਕੰਮ ਕੀਤਾ ਨਾ, ਇਹ ਤਾਂ ਹਿੰਦੂ ਰਾਸ਼ਟਰ ਦੀ ਸਥਾਪਨਾ ਲਈ ਕਹਿੰਦੇ ਮਹੱਤਵਪੂਰਨ ਕਦਮ ਹੈ, ਇਹਨੂੰ ਤਾਂ ਸਰੂਪਾ ਦੇਣਾ ਚਾਹੀਦਾ। ਮਤਲਬ ਕਿ ਹਿੰਦੂ ਕੱਟੜਵਾਦ ਜਿਹੜਾ ਉਹ ਆਪਦੇ ਏਜੰਡੇ ਤਹਿਤ ਅੱਗੇ ਵੱਧ ਰਿਹਾ, ਤੇ ਸਾਡੇ ਭਾਈਚਾਰੇ ਨੂੰ ਆਪਣੇ ਆਪ ਦੇ ਵਿੱਚ ਹੀ ਨੁਕਸ ਲੱਭਣ ਦੇ ਵੀ ਅਸੀਂ ਤਾਂ ਜੀ ਐਂ ਕਰ ਲਿਆ, ਅਸੀਂ ਤਾਂ ਵੋ ਕਰ ਲਿਆ। ਉੱਪਰੋਂ ਬੀਬੀ ਕਹਿੰਦੀ ਜੀ ਮੈਨੂੰ ਤਾਂ ਇਹਨਾਂ ਨੇ ਸ਼ੁਕਰ ਕਰੋ ਸਿਕਿਉਰਿਟੀ ਦੇ ਤੀ ਗੁਜਰਾਤ ਸਰਕਾਰ ਨੇ, ਮੈਨੂੰ ਤਾਂ ਕਤਲ ਦੀਆਂ ਤੇ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ। ਉਹ ਕੁੱਲ ਮਿਲਾ ਕੇ ਸਾਡੇ ਆਲੇ ਦੁਆਲੇ ਜੋ ਇਸ ਵੇਲੇ ਗਰਮਾ ਗਰਮ ਮਾਹੌਲ ਚੱਲ ਰਿਹਾ, ਉਹਦੇ ਚੋਂ ਸਿੱਖਣ ਦਾ, ਸਮਝਣ ਦਾ, ਉਹਦੇ ਚੋਂ ਆਪਦੀ ਕੌਮ ਦੀ ਲੜਾਈ ਨੂੰ ਅੱਗੇ ਤੋਰਨ ਦਾ, ਖਾਲਿਸਤਾਨ ਦੇ ਸੰਘਰਸ਼ ਨੂੰ ਬਲ ਦੇਣ ਦਾ ਸਾਨੂੰ ਵਿਉਂਤਬੰਦੀ ਲੱਭਣੀ ਚਾਹੀਦੀ ਆ, ਸੰਭਾਵਨਾਵਾਂ ਲੱਭਣੀਆਂ ਚਾਹੀਦੀਆਂ ਨੇ। ਇਹਨਾਂ ਮਸਲਿਆਂ ਦੇ ਕਰਕੇ ਹੀ ਸਾਡਾ ਭਵਿੱਖ ਜਿਹੜਾ ਹੈ ਉਹ ਸੁਰੱਖਿਅਤ ਹੋਵੇਗਾ, ਕਿਉਂਕਿ ਜਦੋਂ ਆਪਾਂ ਜਾਗਦੇ ਹੁੰਦੇ ਹਾਂ ਨਾ ਉਦੋਂ ਨੁਕਸਾਨ ਘੱਟ ਹੁੰਦਾ, ਜਦੋਂ ਆਪਾਂ ਸੁੱਤੇ ਪਏ ਹੁੰਦੇ ਹਾਂ ਉਦੋਂ ਨੁਕਸਾਨ ਹੋ ਸਕਦਾ। ਖੈਰ ਅੱਜ ਲਈ ਇੱਥੇ ਸਮਾਪਤੀ ਆ, ਕੱਲ ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।